ਔਰ ਨਿਚਲੀ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹ ਫਾਈਟ ਹੋਈ ਹੈ। ਸੁਪਰੀਮ ਕੋਰਟ ਦਾ ਵਰਡਿਕ ਆਇਆ ਕਿ ਇਹ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਏਗੀ। ਭਾਈ ਜਸਵੰਤ ਸਿੰਘ ਖਾਲੜੇ ਨੇ ਜਿਹੜਾ ਕੱਢ ਕੇ ਲੈ ਕੇ ਆਏ ਸੀ ਸਾਰਾ ਚਿੱਠਾ, ਉਹ 25,000 ਉਹ ਲੋਕ ਸੀ ਜਿਹਨਾਂ ਦੀਆਂ ਦਾੜੀਆਂ ਫੁੱਟ ਰਹੀਆਂ ਸੀ, ਜਿਨ੍ਹਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਪਿੱਛੇ ਲੋਕਾਂ ਨੇ ਜਿੱਦ ਕਰ ਲਿਆ ਅਸੀਂ ਖਾਲਿਸਤਾਨ ਬਣਾਉਣਾ, ਸਾਰੀ ਦੇਸ਼ ਉਹਦੇ ਨਾਲ ਚੱਲ ਜਾਊਗਾ, ਸਾਰੀ ਕੰਟਰੀ ਉਹਦੇ ਨਾਲ ਚੱਲ ਜਾਊਗੀ। ਖਾਲਿਸਤਾਨ ਬਣਾਉਣਾ ਤਾਂ ਤੁਸੀਂ ਹੋ। ਨਹੀਂ ਅਸੀਂ ਬਣਾਉਣ ਵਾਲਾ ਇੱਕ ਪਾਸੇ ਖਾਲਿਸਤਾਨ ਬਣਾਉਂਦੇ ਹੋ। ਖਾਲਿਸਤਾਨ ਬਣਾਉਣ ਵਾਲੇ ਭਾਈ ਬਲਵੰਤ ਸਿੰਘ ਰਾਜੇਆਣਾ ਨਹੀਂ ਹੈ, ਖਾਲਿਸਤਾਨ ਬਣਾਉਣ ਵਾਲੇ ਤੁਸੀਂ ਲੋਕ ਹੋ। ਪਰ ਜਿਹੜੇ ਤੁਹਾਡੇ ਲੀਡਰ ਸੇਕੀਆਂ ਨੇ ਕਰੇ ਮੱਥਾ ਨੀ ਟੇਕਣ ਜਾ ਸਕਿਆ 10 ਸਾਲ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ, ਸ਼੍ਰੋਮਣੀ ਅਕਾਲੀ ਦਲ ਦੇ ਤੇ ਜਿੱਦੇ ਹੋਈ 93 ਦੀ, ਇੱਕ ਵੀ ਕਾਂਗਰਸ ਨੀ ਮਰੇਗੀ, ਫਿਰ ਅੱਤਵਾਦ ਲਿਆਉਣ ਵਾਲਾ ਕੌਣ ਸੀ? ਤੁਸੀਂ ਬਲਵੰਤ ਸਿੰਘ ਰਾਜਿਆਂ ਨੇ ਉਹਨਾਂ ਦਾ ਵਿਰੋਧ ਕਰ ਰਹੇ ਹੋ? ਨਹੀਂ 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 ਗਨਮੈਨ ਲਾਈਨ ਦੀ ਸਟੋਰੀ ਆ, ਸਿਰਫ ਆਪਣੀਆਂ ਦੁਕਾਨਾਂ ਚਲਾਉਣ ਦੀ ਸਟੋਰੀ ਆ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਨਿਸ਼ਾਨਦੇਹੀ ਮੁੱਦੇ ਦੀ। ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਗੱਲਬਾਤ ਕਰਾਂਗੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਲੈ ਕੇ। ਪਿਛਲੇ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਵੱਲੋਂ ਬਾਕਾਇਦਾ ਤੌਰ 'ਤੇ ਅਨਾਊਂਸਮੈਂਟ ਕੀਤੀ ਗਈ ਸੀ 550 ਸਾਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ। ਉਸ ਦੇ ਵਿੱਚ ਇੱਕ ਬਿਆਨ ਆਇਆ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਸ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ ਹੈ। ਔਰ ਉਸ ਤੋਂ ਬਾਅਦ ਹੀ ਇੱਕ ਬਿਆਨ ਫਿਰ ਆਇਆ ਜਦੋਂ ਪਾਰਲੀਮੈਂਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਇੱਕ ਪ੍ਰਸ਼ਨ ਪੁੱਛਿਆ ਸੀ ਅਮਿਤ ਸ਼ਾਹ ਦੇ ਕੋਲੋਂ, ਅਤੇ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਮੀਡੀਆ ਦੀਆਂ ਗੱਲਾਂ 'ਤੇ ਤੁਸੀਂ ਨਾ ਜਾਓ। ਇਨਸਾਨ ਜਿਹੜੇ ਨੇ, ਪੂਰਾ ਸੰਸਾਰ ਜਿਹੜਾ ਦਤੁੱਚੀ 'ਚ ਫਸਿਆ ਹੋਇਆ ਹੈ ਵੀ ਆਖਰ ਅਮਿਤ ਸ਼ਾਹ ਦਾ ਉਹ ਬਿਆਨ ਮਾਫ਼ੀ ਵਾਲਾ ਬਿਆਨ ਇਹ ਦੋਵੇਂ ਕੀ ਹੈ? ਲੇਕਿਨ ਜਦੋਂ ਇਹ ਬਿਆਨ ਆਇਆ ਤਾਂ ਵਿਰੋਧੀ ਧਿਰ ਜਿਹੜੇ ਕਿ ਮਤਲਬ ਕਹਿ ਸਕਦੇ ਹਾਂ ਕਿ ਮਤਲਬ ਨਹੀਂ ਚਾਹੁੰਦੇ ਕਿ ਬਲਵੰਤ ਸਿੰਘ ਰਾਜੋਆਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਇਹ ਉਮਰ ਕੈਦ ਦੇ ਵਿੱਚ ਤਬਦੀਲ ਹੋਵੇ, ਔਰ ਉਹਨਾਂ ਨੇ ਆਪਣੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਕਿ ਬਲਵੰਤ ਸਿੰਘ ਰਾਜੋਆਣਾ ਦੇ ਬਾਹਰ ਆਉਣ ਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਅੱਜ ਇਸ ਪ੍ਰੋਗਰਾਮ ਵਿੱਚ, ਯਾਨੀ ਨਿਸ਼ਾਨਦੇਹੀ ਮੁੱਦਾ ਜੋ ਇਹ ਮੁੱਦਾ ਪ੍ਰੋਗਰਾਮ ਹੈ ਉਸ ਦੇ ਵਿੱਚ ਅਸੀਂ ਇਸੇ ਗੱਲ ਨੂੰ ਲੈ ਕੇ ਡਿਸਕਸ ਕਰਾਂਗੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ, ਮੇਰੇ ਸਹਿਯੋਗ
ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਸਹਿਯੋਗ ਕਰਨਗੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ। ਨਮਸਕਾਰ ਜੀ। ਔਰ ਇਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਸੇਵਕ ਸਿੰਘ ਧੂੜ ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਰਿਪ੍ਰਜੈਂਟ ਕਰਨਗੇ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਗੱਲ ਨੂੰ ਲੈ ਕੇ ਵਧੀਆ ਮਾਹੌਲ ਸਿਰਜਿਆ ਜਾਵੇ ਔਰ ਆਪਣੇ ਆਪਣੇ ਵਿਚਾਰ ਬੜੇ ਖੁੱਲ੍ਹ ਕੇ ਔਰ ਆਪ ਦੇ ਸਾਹਮਣੇ ਰੂਬਰੂ ਕਰ ਸਕਣ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਆਪ ਸਭ ਦਾ। ਸਤਿ ਸ਼੍ਰੀ ਅਕਾਲ। ਧੰਨਵਾਦ। ਪਹਿਲਾਂ ਮੈਂ ਧੂਰ ਜੀ ਤੁਹਾਡੇ ਕੋਲ ਹੀ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਬਾਦਲ ਮਤਲਬ ਹਮੇਸ਼ਾ ਵਾਸਤੇ ਕਰਦਾ ਆ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ ਉਸਦੀ ਸਜ਼ਾ ਜਦੋਂ ਇਹ ਅਨਾਊਂਸਮੈਂਟ ਹੋਈ ਅਤੇ ਉਹ ਵੀ ਦਤੁੱਚੀ 'ਚ ਫਸਿਆ ਹੋਇਆ ਹੈ ਕਿ ਆਖਰ ਅਮਿਤ ਸ਼ਾਹ ਦਾ ਬਿਆਨ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਸਭ ਤੋਂ ਪਹਿਲਾਂ ਤਾਂ A1 ਚੈਨਲ ਦੇਖ ਰਹੇ ਸਮੂਹ ਸਾਰੇ ਦਰਸ਼ਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੇਰੇ ਨਾਲ ਬੈਠੇ ਸੋਹਤਾ ਸਾਹਿਬ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਜਿਵੇਂ ਤੁਸੀਂ ਗੱਲ ਅੱਜ ਰੱਖੀ ਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ, ਕਿ ਪਿਛਲੀ ਦਿਨੀ ਜੋ ਮੀਡੀਆ ਦੇ ਵਿੱਚ ਇੱਕ ਖਬਰ ਆਈ ਜਿੱਥੇ ਸਿੱਖ ਜਗਤ ਦੇ ਵਿੱਚ ਬੜਾ ਖੁਸ਼ੀ ਦਾ ਇੱਕ ਮਾਹੌਲ ਬਣਿਆ ਕਿ ਇਸ ਦੇਸ਼ ਦੀ ਕੇਂਦਰ ਦੀ ਸਰਕਾਰ ਵੱਲੋਂ, BJP ਦੀ ਸਰਕਾਰ ਵੱਲੋਂ, ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ, ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ, ਬੜੀ ਚੜ੍ਹਦੀ ਕਲਾ ਦੇ ਨਾਲ ਹਰ ਧਰਮ ਹਰ ਮਜ਼ਹਬ ਦੇ ਲੋਕਾਂ ਵੱਲੋਂ ਮਨਾਇਆ ਗਿਆ। ਉੱਥੇ ਹੀ ਭਾਈ ਬਲਵੰਤ ਸਿੰਘ ਜੀ ਰਾਜੇਆਣ ਦੀ ਜਦੋਂ ਰਿਹਾਈ ਦੀ ਖਬਰ ਆਈ ਤਾਂ ਮੈਂ ਸਮਝਦਾ ਪੂਰੇ ਸਿੱਖ ਜਗਤ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਸੀਗੀ। ਇਸ ਕਰਕੇ ਜਿਹੜੀ ਦੋ ਚਿੱਤੀ ਦੀ ਗੱਲ ਆ, ਅੱਜ ਰਵਨੀਤ ਸਿੰਘ ਬਿੱਟੂ ਨੇ ਪਿੱਛੇ ਉੱਥੇ ਬਿਆਨ ਰੱਖਿਆ ਗ੍ਰਹਿ ਮੰਤਰੀ ਕੋਲ, ਉਹ ਕਹਿੰਦੇ ਜੀ ਮੀਡੀਆ 'ਤੇ ਤੁਸੀਂ ਵਿਸ਼ਵਾਸ ਨਾ ਕਰੋ, ਅਤੇ ਦੂਜੇ ਪਾਸੇ ਬਿੱਟੂ ਜੀ ਜਾਂ ਹੋਰ ਕੁਝ ਧਿਰਾਂ, ਸ਼ਿਵ ਸੈਨਾ ਜਾਂ ਹੋਰ ਆਗੂ ਨੇ ਜਿਹੜੇ, ਉਹ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਨੂੰ ਇੱਕ ਕਹਿੰਦੇ ਆ ਕਿ ਉਹ ਬਾਹਰ ਆ ਕੇ ਮਾਹੌਲ ਖਰਾਬ ਹੋ ਜੂ, ਇਹ ਹੋ ਜੂ, ਇੱਦਾਂ ਦਾ ਮਾਹੌਲ ਪੈਦਾ ਕਰਦੇ ਆ, ਪਰ ਇੱਦਾਂ ਦਾ ਕੁਛ ਨਹੀਂ ਹੈ। ਮੈਂ ਨਿੱਜੀ ਤੌਰ 'ਤੇ, ਮੈਂ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ ਨਿੱਜੀ ਤੌਰ 'ਤੇ ਕਹਿ ਸਕਦਾ ਕਿ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਇੱਕ ਉਹ ਸ਼ਖਸੀਅਤ ਨੇ ਜੇ ਬਾਹਰ ਆਉਂਦੇ ਆ ਤਾਂ ਇੱਕ ਸਦਭਾਵਨਾ ਦਾ ਜਿਹੜਾ ਸੁਨੇਹਾ ਉਹ ਲੋਕਾਂ ਦੇ ਵਿੱਚ ਜਾਊਗਾ, ਔਰ ਕੇਂਦਰ ਦੀ ਸਰਕਾਰ ਵੱਲੋਂ ਇਹਦੇ 'ਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ, ਕਿਉਂਕਿ ਸਾਡੀਆਂ ਭਾਵਨਾਵਾਂ ਨੇ। ਸੰਨ 2012 ਦੇ ਵਿੱਚ ਜਦੋਂ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਨੂੰ ਫਾਂਸੀ ਦਾ ਦਿਨ ਸੀ ਜਿਹੜਾ ਉਹ ਮੁਕਰ ਕੀਤਾ ਗਿਆ, ਤਾਂ ਮੈਂ ਸਮਝਦਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਨਹੀਂ ਪੂਰੇ ਦੁਨੀਆ ਦੇ ਵਿੱਚ ਕੋਈ ਐਸਾ ਘਰ ਨਹੀਂ ਸੀ ਜਿਸ ਘਰ 'ਤੇ ਕੇਸਰੀ ਨਿਸ਼ਾਨ ਸਾਹਿਬ ਨਾਲ ਲੱਗਿਆ ਹੋਵੇ। ਮੈਂ ਸੋਤਾ ਸਾਹਿਬ ਤੁਹਾਡੇ ਧਿਆਨ 'ਚ ਲਿਆਦਾ, ਸ਼ਾਮ ਦਾ ਟਾਈਮ ਸੀ, ਮੈਂ ਬਾਹਰੋਂ ਆਇਆ ਉਸ ਦਿਨ, ਅਤੇ ਸਾਡੇ ਗਵਾਂਢ ਦੇ ਵਿੱਚ ਇੱਕ ਮੁਸਲਮਾਨਾਂ ਦਾ ਘਰ ਸੀਗਾ, ਉਸ ਘਰ ਦੇ ਉੱਪਰ ਕੇਸਰੀ ਨਿਸ਼ਾਨ ਜਦੋਂ ਲੱਗਿਆ ਦੇਖਿਆ, ਵੈਸੇ ਆਮ ਸਾਰੇ ਘਰਾਂ 'ਤੇ ਲੱਗੇ ਸੀ, ਸਾਨੂੰ ਸੀ ਵੀ ਇਲੈਕਸ਼ਨ ਲੰਘ ਕੇ ਗਈ ਸੀ 12 ਵਾਲੀ ਵਿਧਾਨ ਸਭਾ ਦੀ, ਵੀ ਉਸ ਕਾਰਨ ਹੋ ਸਕਦਾ। ਪਰ ਜਦੋਂ ਉਹਨਾਂ ਨੂੰ ਪੁੱਛਿਆ ਵੀ ਇਹ ਕਹਿੰਦੇ ਜੀ ਭਾਈ ਸਾਹਿਬ ਦਾ ਹੁਕਮ ਆਇਆ ਕਿ ਹਰ ਪੰਜਾਬ ਦੇ ਹਰ ਇਨਸਾਨ ਨੂੰ ਅੱਜ ਕੇਸਰੀ ਜਿਹੜਾ ਨਿਸ਼ਾਨ ਉਹ ਚਲਾਉਣਾ ਚਾਹੀਦਾ, ਕਿਉਂਕਿ ਕੇਸਰੀ ਨਿਸ਼ਾਨ ਚੜ੍ਹਦੀ ਕਲਾ ਦਾ ਪ੍ਰਤੀਕ ਆ, ਸਾਡੀਆਂ ਭਾਵਨਾਵਾਂ ਨੂੰ, ਪੰਜਾਬੀਆਂ ਦੀਆਂ ਭਾਵਨਾਵਾਂ ਨੂੰ, ਸਾਡੀ ਕੌਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਟਾਈਮ ਦੇ ਰਾਸ਼ਟਰਪਤੀ ਕੋਲ ਪਟੀਸ਼ਨ ਦਾਇਰ ਕੀਤੀ ਸੀ, ਔਰ ਜਿਹਦਾ ਅੱਜ ਤੱਕ ਫੈਸਲਾ ਨਹੀਂ ਆਇਆ। ਅਤੇ ਉਸ ਤੋਂ ਬਾਅਦ ਆ ਜਿਹੜਾ ਸਾਰਾ ਆਇਆ, ਜਿਵੇਂ ਤੁਸੀਂ ਸਾਰਾ ਕੁਛ ਸੋਤਾ ਸਾਹਿਬ ਦੱਸਿਆ, ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਉਹਨਾਂ ਦੀ ਰਿਹਾਈ ਹੋਵੇ। ਤੁਸੀਂ ਤਾਂ ਚਾਹੁੰਦੇ ਹੋ, ਪਰ ਵਿਰੋਧੀ ਨਹੀਂ ਚਾਹੁੰਦੇ ਕਿ ਭਾਈ ਸਾਹਿਬ ਬਾਹਰ ਆਉਣ। ਨਹੀਂ, ਇਹ ਤਾਂ ਤੁਸੀਂ ਤਾਂ ਸ਼ਰੇਆਮ ਵਿਰੋਧ ਕਰ ਰਹੇ ਹੋ। ਨਹੀਂ ਨਹੀਂ, ਵਿਰੋਧ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ। ਜਿਹਨੇ ਕਤਲ ਕੀਤਾ, ਜਿਹਨੇ ਮਰਡਰ ਕੀਤਾ, ਕਾਨੂੰਨ ਦੇ ਸਾਰੀਆਂ ਜਿਹੜੀਆਂ ਉਹਦੇ 'ਚ ਉਹਨਾਂ ਨੇ ਰੋਂਦ ਕੇ ਗੱਲ ਕਹੀ ਹੈ ਕਿ ਹਾਂ ਮੈਨੇ ਇਹਦਾ ਕਤਲ ਕੀਤਾ, ਮਰਡਰ ਕੀਤਾ, ਮੈਂ ਕੋਈ ਮਰਸੀ ਪਟੀਸ਼ਨ ਨਹੀਂ ਚਾਹੁੰਦਾ, ਮੈਂ ਕਿਸੇ ਤਰ੍ਹਾਂ ਦੀ ਦਇਆ ਨਹੀਂ ਚਾਹੁੰਦਾ, ਔਰ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਵੀ ਨਹੀਂ ਮੰਨਦਾ, ਇਹ ਗੱਲ ਉਹਨਾਂ ਨੇ ਕਹੀ ਹੈ।
ਤੇ ਜਦੋਂ ਉਹ ਇਹ ਗੱਲ ਨੂੰ ਸਰੇਆਮ ਕਹਿ ਰਹੇ ਹੈ ਔਰ ਆਪਣਾ ਜੁਰਮ ਵੀ ਕਬੂਲ ਕਰ ਰਹੇ ਤਾਂ ਦੇਸ਼ ਤਾਂ ਸੰਵਿਧਾਨ ਨਾਲ ਚੱਲੇਗਾ ਨਾ, ਭਾਵਨਾਵਾਂ ਨਾਲ ਨਹੀਂ ਚੱਲੇਗਾ। ਦੇਸ਼ ਦਾ ਕੰਸਟੀਟਿਊਸ਼ਨ ਕੀ ਕਹਿ ਰਿਹਾ, ਦੇਸ਼ ਦਾ ਸੰਵਿਧਾਨ ਕੀ ਕਹਿ ਰਿਹਾ? ਸੰਵਿਧਾਨ ਇਹ ਕਹਿ ਰਿਹਾ ਵੀ ਜਦੋਂ ਤੁਸੀਂ ਆਪਣਾ ਜੁਰਮ ਕਬੂਲ ਕਰ ਲਿਆ, ਸਬੂਤ ਸਾਰੇ ਕਲੀਅਰ ਹੋ ਗਏ, ਔਰ ਨਿਚਲੀ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਹ ਫਾਈਟ ਹੋਈ ਹੈ, ਸੁਪਰੀਮ ਕੋਰਟ ਦਾ ਵਰਡਿਕ ਆਇਆ ਕਿ ਇਹ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਏਗੀ, ਤਾਂ ਕਾਨੂੰਨ ਨੂੰ ਤੁਸੀਂ ਰੋਂਦ ਕੇ ਕਿਵੇਂ ਚਾਹੁੰਦੇ ਹੋ? ਔਰ ਦੂਸਰਾ ਇਹ ਗੱਲ ਬੜੇ ਹੈਰਾਨੀ ਵਾਲੀ ਗੱਲ ਹੈ ਕਿ ਇਹ ਕਿਹਾ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਲਕਸ਼ ਦੇ ਵਿੱਚ, ਇਹ ਜਿਹੜਾ 400 ਸਾਲਾ ਮਨਾਇਆ ਗਿਆ ਉਹਦੇ ਉਪਲਕਸ਼ ਦੇ ਵਿੱਚ ਇਹਨਾਂ ਨੂੰ ਰਿਹਾ ਕੀਤਾ ਜਾਵੇ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ, ਧਿਆਨ ਨਾਲ ਸੁਣਨਾ ਚਾਹੀਦਾ। ਉਹਨਾਂ ਨੇ ਕਦੋਂ ਕਤਲੋ ਗਾਰਤ ਦੀ ਗੱਲ ਕੀਤੀ ਹੈ? ਉਹਨਾਂ ਨੇ ਕਦੋਂ ਅਹਿੰਸਾ ਦੀ ਗੱਲ ਕੀਤੀ ਹੈ? ਉਹਨਾਂ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ, ਠੀਕ ਹੈ? ਤੇ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੇ ਉਹਦਾ ਦੂਰ ਦੂਰ ਦਾ ਲੈਣਾ ਦੇਣਾ ਨਹੀਂ ਹੈ, ਤੁਸੀਂ ਉਸ ਪਵਿੱਤਰ ਜਿਹੜੇ ਸੰਦੇਸ਼ ਹੈ ਉਹਨਾਂ ਨੂੰ ਤੁਸੀਂ ਗਲਤ ਇੰਟਰਪ੍ਰੀਟੇਸ਼ਨ। ਜਿੱਥੇ ਮੈਂ ਸੋਤਾ ਸਾਹਿਬ ਗੁਪਤਾ ਜੀ ਨਾਲ ਇੱਕ ਬੇਨਤੀ ਕਰਦਾ ਕਿ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਦਭਾਵਨਾ ਦਾ ਸਿਰਿਹਾ ਦਿੱਤਾ ਉੱਥੇ ਜਾਬਰ ਤੇ ਜੇ ਕੋਈ ਜ਼ੁਲਮ ਕਰੇ ਉਹਨੂੰ ਵੀ ਸਹਿਣ ਕਰਨ ਦਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ? ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੜੀ ਚਮਕੌਰ ਦੀ ਚੋਂ ਉਹਨਾਂ ਦਾ ਚਲਾਇਆ ਹੋਇਆ ਪੰਥ ਗੜੀ ਚਮਕੌਰ ਦੀ ਚੋਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਨੂੰ ਤੋਰਿਆ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਤੋਰਿਆ, ਜਦੋਂ ਜ਼ੁਲਮ ਦਾ ਅੰਤ ਹੋ ਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਭਾਈ ਫਤਿਹ ਸਿੰਘ ਜੀ, ਅਤੇ ਉਸ ਟਾਈਮ ਉਹਨਾਂ ਨੇ ਸੂਬੇ ਸਰਹੰਦ ਦਾ ਸਿਰ ਵੱਢਿਆ, ਜਦੋਂ ਲੋੜ ਪਈ ਸੁੱਖਾ ਸਿੰਘ ਤੇ ਮਹਿਤਾਜ ਸਿੰਘ ਆਏ, ਜਦੋਂ ਲੋੜ ਪਈ ਸੁੱਖਾ ਤੇ ਜਿੰਦਾ ਆਏ, ਜਦੋਂ ਲੋੜ ਪਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਆਏ, ਜਦੋਂ ਲੋੜ ਪਈ ਤਾਂ ਦਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਜੀ ਰਾਜਿਆਣਾ ਸਾਹਿਬ ਆਏ। ਮੇਰੀ ਗੱਲ ਸੁਣੋ, ਮੈਂ ਇਸ ਮਾਹੌਲ ਦੇ ਵੀ ਜੇ ਉਹਨਾਂ ਦੇ ਬਾਹਰ ਆਉਣ ਦੇ ਨਾਲ ਜੇ ਮਾਹੌਲ ਚ ਗੜਬੜੀ ਹੁੰਦੀ ਹੈ ਮਤਲਬ ਕਿਤੇ ਨਾ ਕਿਤੇ ਤਾਂ ਕੁਛ ਹੋਇਆ ਹੀ ਹੈ। ਪਹਿਲਾਂ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ, ਇਹਨਾਂ ਨੇ ਬਾਬਾ ਅਜੀਤ ਸਿੰਘ, ਬਾਬਾ ਜ਼ੋਰਾਵਰ ਸਿੰਘ ਦੀ ਗੱਲ ਕੀਤੀ ਹੈ ਜੀ ਜੀ, ਉਹਨਾਂ ਨੇ ਸਾਹਮਣੇ ਤੋਂ ਲੜਾਈ ਲੜੀ ਜੀ, ਸਾਹਮਣੇ ਤੋਂ ਵਿਰੋਧੀਆਂ ਨੂੰ ਜਾ ਕੇ ਉਹਦੇ ਨਾਲ ਸੰਘਰਸ਼ ਕੀਤਾ, ਹੁਣ ਤੁਸੀਂ ਉੱਥੋਂ ਚੱਲ ਕੇ ਰਾਜਵਾਣੇ ਨੂੰ ਉਹਨਾਂ ਨਾਲ ਜੋੜਤਾ, ਇਹ ਤਾਂ ਹੁਣ ਸਿੱਖ ਕੌਮ ਫੈਸਲਾ ਕਰ ਲੈ ਇੱਕ ਮਿੰਟ, ਸਿੱਖ ਕੌਮ ਪ੍ਰਧਾਨ ਜੀ ਸਿੱਖ ਲੈ ਮੇਰੀ ਗੱਲ ਪੂਰੀ, ਮੈਂ ਤੁਹਾਡੀ ਗੱਲ ਸੁਣ ਲਓ ਸੁਣ ਲਓ ਵੀ ਜਦੋਂ ਤੁਸੀਂ ਸਿੱਖ ਕੌਮ ਫੈਸਲਾ ਕਰ ਲਵੇ ਕਿ ਰਾਜਵਾਣੇ ਨੂੰ ਬਾਬਾ ਜ਼ੋਰਾਵਰ ਸਿੰਘ ਦੇ ਨਾਲ ਤੁਲਨਾ ਕਰਨਾ, ਸਹੀ ਦੀ ਡੈਫੀਨੇਸ਼ਨ ਕੀ ਹੈ ਵੀ ਆਪਾਂ ਜਾ ਕੇ ਜਿਹੜਾ ਇਸ ਤਰੀਕੇ ਨਾਲ ਮਰਡਰ ਕਰ ਰਿਹਾ ਉਹ ਸ਼ਹਾਦਤ ਹੋਊਗੀ? ਅਗਰ ਜੇ ਇਸ ਤਰ੍ਹਾਂ ਦੀ ਸ਼ਹਾਦਤ ਹੁੰਦੀ ਜਿਹੜੇ ਤੁਸੀਂ 12 ਤਰੀਕ ਦੀ ਗੱਲ ਕੀਤੀ ਹੈ ਉਸ ਤੋਂ ਬਾਅਦ ਔਰ ਕੋਈ ਚੀਜ਼ਾਂ ਬਦਲ ਗਈਆਂ ਜੀ, ਅੱਜ ਸਮਾਜ ਉਸ ਤਰ੍ਹਾਂ ਨਹੀਂ ਜਾ ਕੇ ਰਿਐਕਟ ਕਰ ਰਿਹਾ, ਭਾਵਨਾਵਾਂ ਨੂੰ ਤੁਸੀਂ ਗਲਤ ਦਿਸ਼ਾ 'ਚ ਇੱਕ ਵਾਰੀ ਮੋੜ ਸਕਦੇ ਹੋ, ਹਮੇਸ਼ਾ ਲਈ ਨਹੀਂ ਮੋੜ ਸਕਦੇ। ਤੁਸੀਂ ਕਿੱਦਾਂ ਕਹਿ ਸਕਦੇ ਹੋ ਫਿਰ ਆਪਣੇ ਗੁਪਤਾ ਜੀ ਕਿ ਪੰਜਾਬ ਦਾ ਮਾਹੌਲ ਦੁਬਾਰਾ ਖਰਾਬ ਹੋ ਸਕਦਾ? ਤੁਸੀਂ ਵੀ ਇਹ ਗੱਲ ਕਹੀ ਸੀਗੀ ਕਿ ਪੁਰਾਣੇ ਇਤਿਹਾਸ ਨੂੰ ਪੜ੍ਹ ਕੇ ਦੇਖ ਲਓ ਜਦੋਂ ਬਹੁਤ ਸਾਰੇ ਹਿੰਦੂ ਪਰਿਵਾਰ ਜਿਹੜੇ ਹੈ ਉਹ ਮਤਲਬ ਉਸ ਦੌਰ ਵਿੱਚ ਚਲੇ ਗਏ ਸੀਗੇ, ਮਤਲਬ ਇਹ ਰਾਜੋਆਣਾ ਜੀ ਦਾ ਪਰਿਵਾਰ ਤਾਂ ਆਪ ਉਸ ਸਮੇਂ ਦੇ ਤੋਂ ਪੀੜਤ ਹੈ, ਫਿਰ ਆਪਾਂ ਕਿਵੇਂ ਕਹਿ ਸਕਦੇ? ਨਹੀਂ ਨਹੀਂ ਪੀੜਤ, ਮੈਂ ਇੱਥੇ ਜੀ ਇੱਕ ਗੱਲ ਦਾ ਸੋਤਾ ਸਾਹਿਬ ਤੁਹਾਨੂੰ ਪਹਿਲਾਂ ਸਪਸ਼ਟੀਕਰਨ ਦੇ ਦਾ, ਇਹਨਾਂ ਨੇ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨਾਲ ਤੁਸੀਂ ਭਾਈ ਬਲਵੰਤ ਸਿੰਘ ਜੀ ਨੂੰ ਜੋੜ ਨਹੀਂ ਸਕਦੇ, ਸਾਨੂੰ ਉੱਥੋਂ ਸ਼ਕਤੀ ਮਿਲਦੀ ਹੈ ਜੀ, ਸਾਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਪੰਥ, ਜਦੋਂ ਅੱਜ ਕੱਲੀ ਕੌਮ ਤੇ ਨਹੀਂ ਜਦੋਂ ਕਿਸੇ ਤੇ ਵੀ ਦੁਨੀਆਂ ਦੇ ਕਿਸੇ ਹਿੱਸੇ ਤੇ ਵੀ ਕੋਈ ਭਾਰ ਪੈਂਦਾ ਤਾਂ ਕੌਮ ਦੇ ਜੁਝਾਰੂ ਸੂਰਮੇ ਅੱਗੇ ਆ ਕੇ ਖੜਦੇ ਆ, ਜਿੱਥੇ ਤੱਕ ਕਿਹਾ ਵੀ ਉਹ ਸੰਵਿਧਾਨ ਨੂੰ ਨਹੀਂ ਮੰਨਦੇ, ਭਾਈ ਬਲਵੰਤ ਸਿੰਘ ਰਾਜਿਆਣਾ ਸਾਹਿਬ ਸੰਵਿਧਾਨ ਨੂੰ ਮੰਨਦੇ ਆ, ਪਰ ਉਸ ਟਾਈਮ ਦੇ ਸੀਐਮ ਦੇ ਬੇਅੰਤ ਸਿੰਘ ਕਦੋਂ ਮੰਨਦੇ ਹੈਗੇ? ਮੈਂ ਦੱਸਦਾ ਤੁਹਾਨੂੰ, ਮੈਂ ਦੱਸਾਂਗਾ ਕਿ ਮੈਂ ਸੰਵਿਧਾਨ ਮੰਨਦੇ ਹੀ ਨਹੀਂ। ਪ੍ਰਧਾਨ ਜੀ ਮੈਂ ਦੱਸਾਂਗਾ, ਉਹਨਾਂ ਨੇ ਸੰਵਿਧਾਨ ਨੂੰ ਕੀ ਹੁੰਦਾ ਉਹਨਾਂ ਦੀ ਸਟੇਟਮੈਂਟ ਹੈ, ਸੰਵਿਧਾਨ ਨੂੰ ਉਹਨਾਂ ਦੀ ਸਟੇਟਮੈਂਟ ਹੈ, ਸੰਵਿਧਾਨ ਨੂੰ ਬੇਅੰਤ ਸਿੰਘ ਨੇ ਨਹੀਂ ਮੰਨਿਆ। ਨਹੀਂ ਨਹੀਂ, ਕਿਸੇ ਪਿੰਡ ਦੇ ਪੰਜ ਵੋਟਾਂ ਪਈਆਂ,
ਕਿਸੇ ਪਿੰਡ ਚੋਂ 7 ਵੋਟਾਂ ਪਈਆਂ ਉਹ ਇੱਥੇ ਮੁੱਖ ਮੰਤਰੀ ਬਣ ਗਏ। ਸੰਵਿਧਾਨ ਨੂੰ ਅਸੀਂ ਕੀ ਮੰਨੀਏ? 1984 ਤੋਂ ਲੈ ਕੇ ਅੱਜ ਤੱਕ ਸਾਨੂੰ ਇਨਸਾਫ਼ ਨਹੀਂ ਸੀ ਮਿਲਿਆ। ਇਸ ਕਰਕੇ ਸੰਵਿਧਾਨ ਨੂੰ ਮੰਨਦੇ ਕਹਿੰਦੇ ਨਹੀਂ ਮੰਨਦੇ ਸਰ, ਤੁਹਾਡੇ ਆਪ ਸਰਕਾਰ ਕਿਹਾ ਕਿ ਮੈਂ ਸੰਵਿਧਾਨ ਨੂੰ ਕੁਝ ਨਹੀਂ, ਸੰਵਿਧਾਨ ਤੋਂ ਜਦੋਂ ਇਨਸਾਫ਼ ਨਾ ਮਿਲੇ, ਜਦੋਂ ਪ੍ਰਧਾਨ ਜੀ ਸੰਵਿਧਾਨ ਤੋਂ ਇਨਸਾਫ ਨਾ ਮਿਲੇ ਤਾਂ ਬਿਲਕੁਲ ਐਸੇ ਸੰਵਿਧਾਨ ਤੋਂ ਸੰਵਿਧਾਨ ਚ ਸੰਵਿਧਾਨ ਚ ਮੁੱਖ ਮੰਤਰੀ ਬਣ ਰਹੇ ਹੋ, ਇਸੀ ਸੰਵਿਧਾਨ ਚ ਬਣੀ ਨੀ ਜੀ ਮੁੱਖ ਮੰਤਰੀ। ਕਿਉਂ? 5-5 ਵੋਟਾਂ ਪਿੰਡਾਂ ਚੋਂ ਪੰਜਾਂ ਨੂੰ ਮੁੱਖ ਮੰਤਰੀ, ਬਾਦਲ ਨੂੰ 5 ਵੋਟਾਂ ਨਾਲ ਨਹੀਂ, ਬਾਦਲ ਨੂੰ 5 ਵੋਟਾਂ ਨਹੀਂ ਪਈਆਂ, ਬਿਆਸ ਸਿੰਘ ਦੇ ਐਮ ਐਲ ਏ ਨੂੰ। ਮੈਂ ਬੇਨਤੀ ਕਰਦਾ ਸਾਰੇ ਮੈਂਬਰ 5 ਵੋਟਾਂ, ਮੈਂ ਸੰਬੰਧਤ, ਮੈਂ ਸੰਬੰਧਤ ਹਲਕੇ ਨਾਲ ਜਿਸ ਨਾਲ ਸੰਬੰਧਤ ਆ ਹਲਕਾ ਸਤਰਾਣਾ ਪੈਂਦਾ ਜੀ, ਸਾਡੇ ਹਲਕੇ ਦੇ ਪਿੰਡ ਸਤਰਾਣਾ ਹੈ, ਉੱਥੇ ਦਾ ਸਰਪੰਚ ਸੀ ਜਿਹੜਾ ਉਸ ਟਾਈਮ ਮੌਜੂਦਾ, ਉਹਨੂੰ ਵੱਧ ਵੋਟਾਂ ਪੈਂਦੀਆਂ ਨੇ, ਜਿਹੜਾ ਸਾਡੇ ਹਲਕੇ ਦਾ ਐਮ ਐਲ ਏ ਉਹ ਘੱਟ ਵੋਟਾਂ ਨਾਲ ਐਮ ਐਲ ਏ ਬਣ ਰਹੇ। ਨਹੀਂ, ਜਦ ਰਾਜੋਆਣਾ ਸਾਹਿਬ ਕਿਉਂ ਚਾਹੁੰਦੇ ਆ ਕਿ ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਫਿਰ ਕੇਂਦਰ ਸਰਕਾਰ ਉਹਨਾਂ ਦੇ ਪਿੱਛੇ ਕਿਉਂ ਪਈ ਹੋਈ ਹੈ? ਨਹੀਂ, ਰਾਜੋਆਣਾ ਸਾਹਿਬ ਨੂੰ ਕੁਝ ਨਹੀਂ ਚਾਹੀਦਾ, ਰਾਜੋਆਣਾ ਸਾਹਿਬ ਨੇ ਨਾ ਭੀਖ ਮੰਗੀ ਨਾ ਕਦੇ ਮੰਗੇ, ਇਹ ਸੱਚ ਆ ਜੀ। ਰਾਜੋਆਣਾ ਸਾਹਿਬ ਨੂੰ ਨਹੀਂ ਚਾਹੀਦਾ, ਰਾਜੋਆਣਾ ਸਾਹਿਬ ਨੇ ਜੋ ਕੌਮ ਲਈ ਕਰਨਾ ਸੀ। ਮੈਂ ਇੱਥੇ ਬੇਨਤੀ ਕਰਦੇ ਹਾਂ ਕਿ ਜਦੋਂ ਸਰਦਾਰ ਬੇਅੰਤ ਸਿੰਘ ਦਾ ਰਾਜ ਸੀਗਾ ਤਾਂ ਜਸਵੰਤ ਸਿੰਘ ਖਲੜੇ ਨੇ 25,000 ਜਿਹੜੇ ਨਿਰਦੋਸ਼ੇ, ਠੀਕ ਆ, ਜਿਹੜੇ ਲੋਕਾਂ ਨੇ ਘਰੋਂ ਭਗੌੜੇ ਹੋ ਗਏ, ਇੱਕ ਵੱਖਰੀ ਗੱਲ ਸੀ। ਭਾਈ ਜਸਵੰਤ ਸਿੰਘ ਖਲੜੇ ਨੇ ਜਿਹੜਾ ਕੱਢ ਕੇ ਲੈ ਕੇ ਆਏ ਸੀ ਸਾਰਾ ਚਿੱਠਾ, ਉਹ 25,000 ਉਹ ਲੋਕ ਸੀ ਜਿਹੜਿਆਂ ਦੀਆਂ ਦਾੜੀਆਂ ਫੁੱਟ ਰਹੀਆਂ ਸੀ, ਜਿਨ੍ਹਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਧੂਰ ਜੀ, ਇੱਕ ਗੱਲ ਤਾਂ ਸਾਫ਼ ਹੈ ਕਿ ਸਾਡਾ ਜਿਹੜਾ ਦੇਸ਼ ਪੂਰੇ ਦਾ ਪੂਰਾ ਸੰਵਿਧਾਨ 'ਤੇ ਟਿਕਿਆ ਹੋਇਆ ਹੈ, ਕੋਈ ਵੀ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ। ਸੰਵਿਧਾਨ ਕਿੱਥੇ ਗਿਆ ਜੀ? ਜਿਹੜੀ ਗੱਲ ਕਰ ਰਹੇ ਹੈ ਉਹਨਾਂ ਦੇ ਨਾਲ ਜੇ ਕੋਈ ਤੁਹਾਡੇ ਅਕੋਰਡਿੰਗ ਗਲਤ ਹੋਇਆ ਤਾਂ ਉਹਦੀ ਵੀ ਕਮੇਟੀ ਬਣੀ, ਉਹਦੀ ਵੀ ਸੁਪਰੀਮ ਕੋਰਟ ਨੇ ਕਾਰਵਾਈ ਕੀਤੀ, ਪਰ ਹੋਇਆ ਕੀ? ਉਹਦੇ ਤਹਿਤ ਵੀ ਜੇਲ੍ਹਾਂ 'ਚ ਵੀ ਪੁਲਿਸ ਦੇ ਅਫਸਰ ਗਏ। ਪਰ ਜੇ ਤੁਸੀਂ ਕਹੋ ਵੀ 25,000 ਲੋਕ ਜਿਹੜੇ ਸੀ ਦਾੜੀ ਫੁੱਟ ਰਹੀ ਸੀਗੀ, ਉਹਨਾਂ ਨੂੰ ਇਨੋਸੈਂਟ ਮਾਰਤਾ, ਜੇ ਉਹਨਾਂ ਨੇ ਬੰਦੂਕਾਂ ਚੱਕੀਆਂ, ਸਾਲਟਾਂ ਚੱਕੀਆਂ, ਪ੍ਰਧਾਨ ਜੀ ਸੰਤ ਬਾਬਾ ਚਰਨ ਸਿੰਘ ਜੀ ਲੜਾਈ ਤਾਂ ਹੋਊ, ਕਾਰ ਸੇਵਾ ਵਾਲੇ ਸੰਤ ਬਾਬਾ ਚਰਨ ਸਿੰਘ ਜੀ, ਪਿਛਲੇ ਹਫ਼ਤੇ ਫੈਸਲਾ ਆਇਆ ਜਿਹਦੇ ਪਰਿਵਾਰ ਦੇ 6 ਜੀ ਘਰੋਂ ਚੱਕੇ, ਜਿਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਸੀਗਾ ਜੀ, 6 ਪਰਿਵਾਰ ਜਿਹਦੇ ਘਰੋਂ ਚੱਕੇ, ਇੰਸਪੈਕਟਰ ਸਾਹਿਬ ਇੱਕ ਲੱਤ ਬੰਨਦੇ ਆ ਜੀ ਦਰਖਤ ਨਾਲ, ਦੂਜੀ ਲੱਤ ਬੰਨਦੇ ਆ ਜੀ ਜਿਪਸੀ ਨਾਲ, ਵਿਚਾਲੋ ਪਾੜ ਦਿੰਦੇ ਆ। ਇੱਥੇ ਰਿਹਾ CIA ਪਟਿਆਲੇ ਦੇ ਵਿੱਚ ਬੁੱਚੜ ਦਰਦਾਰ ਸਿੰਘ ਜੀ ਨੇ ਰੋਪੜ ਸਰੇਆਮ ਇੱਕ ਨੌਜਵਾਨ ਦੀ ਲੱਤ ਬੰਨੀ ਦਰਖਤ ਦੇ ਨਾਲ, ਹਾਲਾਤ ਬਿਲਕੁਲ ਨਜਾਇਜ਼ ਜੀ। ਜਿਹੜੇ ਲੋਕ ਘਰੋਂ ਭਗੌੜੇ ਹੋ ਗਏ, ਮੈਂ ਕਹਿੰਦਾ ਉਹਨਾਂ ਨਾਲ ਜੋ ਮਰਜ਼ੀ ਹੋਵੇ, ਪਰ ਜਿਹੜੇ ਮੈਂ ਇੱਥੇ ਗੱਲ ਲੈ ਕੇ ਆਉਣਾ ਕਿ ਸਿੱਖ ਪ੍ਰਧਾਨ ਜੀ ਇਸ ਤੋਂ ਤਾਂ ਹਿੰਦੂ ਪੀੜਤ ਨੇ, ਹੁਣ ਇਹ ਆਪ ਹੀ ਕਹਿ ਰਹੇ ਕਿ ਕਾਰ ਸੇਵਾ ਵਾਲੇ ਚਰਨ ਸਿੰਘ ਬਾਬਾ ਜੀ ਦਾ ਫੈਸਲਾ ਆਇਆ ਜੀ। ਫੈਸਲਾ ਕਿੰਨੇ ਅਮਰੀਕਾ ਦਾ? ਕਿੰਨੇ ਸਾਲ ਬਾਅਦ ਜੀ? 15 ਸਾਲ ਤਾਂ ਇਸ ਗੱਲ ਦੀ ਰੋਕ ਲਾਈ ਬੈਠੀ, ਛੋਟੀ ਜਿਹੀ ਗੱਲ ਦੀ ਰੋਕ ਲਾਈ ਕੰਮ ਕਰਦਾ ਸ਼੍ਰੋਮਣੀ ਦੇਖੋ ਬਦਲੀ ਹੈ ਤਾਂ ਕਾਨੂੰਨ ਦੇ ਮੁਤਾਬਕ ਹੀ ਬਦਲੀ ਹੈ, ਬਦਲ ਦੇਣੀ ਹੈਗੀ ਨਾਲੇ ਜੋ ਕੰਸਟੀਟਿਊਸ਼ਨ ਹੈ ਉਹਦੇ ਮੁਤਾਬਕ ਹੀ ਬਦਲੀ ਹੈ। ਔਰ ਜੇ ਬਾਬਾ ਚਰਨ ਸਿੰਘ ਜੀ ਦਾ ਵੀ ਫੈਸਲਾ ਆਇਆ ਹੈ ਔਰ ਜਿਹੜਾ ਉਹਨਾਂ ਨੂੰ ਕਨਵਿਕਟ ਕੀਤਾ ਹੈ, ਚਾਹੇ ਉਹ ਪੁਲਿਸ ਅਫਸਰ ਸੀ ਚਾਹੇ ਕੋਈ ਸੀ, ਦੇਰ ਨਾਲ ਹੀ ਆਇਆ, ਪਰ ਦੇਸ਼ ਦੇ ਕੰਸਟੀਟਿਊਸ਼ਨ ਨਹੀਂ ਕੀਤਾ ਨਾ। ਤਾਂ ਜੀ ਤੁਸੀਂ ਕਿਉਂ ਚਾਹੁੰਦੇ ਹੋ ਕਿ ਰਾਜੋਆਣਾ ਸਾਹਿਬ ਨੂੰ ਫਾਂਸੀ ਲੱਗਣੀ ਚਾਹੀਦੀ ਹੈ? ਦੇਖੋ, ਮੇਰੇ ਚਾਹਣ ਜਾਂ ਇਹਨਾਂ ਦੇ ਚਾਹਣ ਨਾਲ ਕੁਛ ਨਹੀਂ ਹੋ ਸਕਦਾ ਜੀ। ਚਾਹਣ ਤਾਂ ਸੰਵਿਧਾਨ ਨੇ ਕੀ ਤੈਅ ਕੀਤਾ ਹੈ, ਦੇਸ਼ ਦੀ ਕੋਰਟ ਨੇ ਕੀ ਤੈਅ ਕੀਤਾ, ਦੇਸ਼ ਦੀ ਅਦਾਲਤ ਨੇ ਕੀ ਤੈਅ ਕੀਤਾ। ਅਗਰ ਇਹਨਾਂ ਦੀ ਮਰਸੀ ਪਟੀਸ਼ਨ ਸਵੀਕਾਰ ਹੋ ਜਾਂਦੀ ਹੈ ਤਾਂ ਪਵਨ ਗੁਪਤਾ ਜੀ ਦੇ ਚਾਹਣ ਦੇ ਨਾਲ ਵੀ ਫਾਂਸੀ ਨਹੀਂ ਲੱਗੇਗੀ। ਔਰ ਜੇ ਮਰਸੀ ਪਟੀਸ਼ਨ ਸਵੀਕਾਰ ਹੀ ਨਹੀਂ ਹੁੰਦੀ ਔਰ ਮਰਸੀ ਪਟੀਸ਼ਨ ਕਾਨੂੰਨ ਮੁਤਾਬਕ ਰੱਦ ਹੋ ਜਾਂਦਾ ਔਰ ਦੂਸਰਾ
ਦੇਸ਼ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੋਈ ਫੈਸਲਾ ਹੁੰਦਾ, ਉਹ 'ਚ ਵਿਅਕਤੀ ਵਿਸ਼ੇਸ਼ ਜਾਂ ਸਮੁਦਾਇ ਵਿਸ਼ੇਸ਼ ਦੇ ਫੈਸਲੇ ਨਹੀਂ ਹੋ ਸਕਦੇ। ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਕੀ ਕੀਤਾ ਸਾਹਿਬ? ਤੁਸੀਂ ਮੇਰੀ ਗੱਲ ਕੱਟਤੀ, ਪਹਿਲਾਂ ਮੈਂ ਇਹ ਗੱਲ ਪੂਰੀ ਕਰ ਲਾ। ਮੈਂ ਦਿਦਾਰ ਸਿੰਘ ਇੰਸਪੈਕਟਰ ਦੀ ਗੱਲ ਕੀਤੀ ਸੀਗੀ ਜੀ, ਮੇਰੇ ਨਾਲ ਹੱਡ ਬੀਤੀ ਹੈ ਜੀ, ਮੈਨੂੰ ਇੰਟੈਰੋਗੇਸ਼ਨ ਕਰਿਆ ਗਿਆ ਉਹਨਾਂ ਨੇ। ਪਰ ਇਹ ਨਹੀਂ ਵੀ ਸਾਰੇ ਲੋਕ ਮਾੜੇ ਸੀ, ਚੰਗੇ ਲੋਕ ਵੀ ਸੀ। ਇੱਥੇ ਇੱਕ ਕ੍ਰਿਸ਼ਨ ਕੁਮਾਰ ਪੈਂਥੇ ਹੁੰਦਾ ਸੀਗਾ ਜੀ, ਜਸਵਿੰਦਰ ਸਿੰਘ ਟਮਾਣਾ ਅੱਜ ਕੱਲ੍ਹ ਡੀਐਸਪੀ ਬਣੇ, ਉਹ ਚੰਗੇ ਸੀ, ਉਹਨਾਂ ਨੇ ਚੰਗਾ ਕੰਮ ਵੀ ਕੀਤਾ। ਮੈਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਰਿਹਾ, ਪਰ ਬਹੁਤ ਸਾਰੇ ਪੁਲਿਸ ਅਫਸਰ ਐਸੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ, ਜਿੱਥੇ ਤੱਕ ਇਹਨਾਂ ਨੇ ਰਾਜੋਆਣਾ ਸਾਹਿਬ ਦੀ ਗੱਲ ਕੀਤੀ ਹੈ ਕਿ ਦੇਸ਼ ਦਾ ਮਾਹੌਲ ਖਰਾਬ ਹੋ ਜੂ। ਇੱਕ ਹਨੀਪ੍ਰੀਤ ਦਾ ਘਰ ਵਾਲਾ ਬਿਸਵਾਸ ਗੁਪਤਾ, ਹਾਂਜੀ ਹਾਂਜੀ, ਉਹਨਾਂ ਦੀ ਤੁਸੀਂ ਕਦੇ ਵੀਡੀਓ ਸੁਣੋ ਜਾਂ ਉਹਨਾਂ ਨੂੰ ਕਦੇ ਇੱਥੇ ਬੁਲਾ ਕੇ ਇਹਨਾਂ ਨਾਲ ਇੰਟਰਵਿਊ ਕਰਾਓ ਉਹਨਾਂ ਦੀ ਜੀ, ਇਹਨਾਂ ਨਾਲ ਆਰਗੂਮੈਂਟ ਕਰਾਓ। ਉਹ ਜਦੋਂ ਜੇਲ੍ਹ 'ਚ ਜਾਂਦਾ, ਉਹ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਮਿਲਦਾ ਜੀ, ਉਹ ਕਹਿੰਦਾ ਜੀ ਏਦੂ ਵੱਡਾ ਤਾਂ ਕੋਈ ਰੱਬੇ ਨਹੀਂ ਹੈ ਕਹਿੰਦਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਮੀਡੀਆ ਵੀ ਕਹਿ ਰਹੀ ਹੈ, ਉਹ ਖੁਦ ਕਹਿ ਰਿਹਾ। ਦੂਜੀ ਗੱਲ, ਜਿਵੇਂ ਇਹ ਸ਼ਿਵਸੈਨਾ ਦੇ ਪ੍ਰਧਾਨ ਆ ਜੀ, ਰਮੇਸ਼ ਕੁਮਾਰ ਕੁੱਕੂ ਸ਼ਿਵਸੈਨਾ ਦੇ ਪ੍ਰਧਾਨ ਆ ਹਿੰਦੁਸਤਾਨ ਦੇ ਜੀ, ਰਾਸ਼ਟਰੀ ਪ੍ਰਧਾਨ ਨੇ, ਨਹੀਂ ਸਾਡੀ ਪਾਰਟੀ ਦੇ ਨੇ। ਉਹ ਪਾਰਟੀ ਅਲੱਗ ਹੋ ਸਕਦੀ ਹੈ, ਵਿਚਾਰਧਾਰਾ ਤੁਹਾਡੀ ਆ, ਉਹ ਹਮੇਸ਼ਾ ਬਿਆਨ ਦਿੰਦੇ ਆ ਅਲੱਗ ਆ ਤੇ ਵਿਚਾਰਧਾਰਾ ਵੀ ਅਲੱਗ ਆ, ਉਹ ਸ਼ਿਵਸੈਨਾ ਦੀ ਹੈ ਜੀ। ਜੇ ਇੱਕ ਸ਼੍ਰੋਮਣੀ ਅਕਾਲੀ ਦਲ ਚੋਂ ਵੱਖ-ਵੱਖ ਅਦਾਰੇ ਨਿਕਲ ਗਏ ਤਾਂ ਵਿਚਾਰਧਾਰਾ ਇੱਕੋ ਤੇ ਕੰਮ ਕਰ, ਵਿਚਾਰਾਂ 'ਚ ਵੀ ਡਿਫਰੈਂਟ ਹੈ ਨਾ। ਮੇਰੀ ਬੇਨਤੀ ਸਾਹਿਬ ਦਾ ਅਲੱਗ ਹੈ, ਬਾਦਲ ਦਾ ਅਲੱਗ ਹੈ, ਤਾਰਕ ਦਾ ਅਲੱਗ ਹੈ। ਮੇਰੀ ਬੇਨਤੀ ਸੁਣ ਲਓ, ਉਹ ਹਮੇਸ਼ਾ ਭਾਈ ਰਾਜੋਆਣੇ ਦੀ ਫਾਂਸੀ ਤੇ ਗੱਲ ਕਰਦਾ ਸੀ ਕਿ ਭਾਈ ਰਾਜੋਆਣੇ ਨੂੰ ਫਾਂਸੀ ਦਿੱਤੀ ਜਾਵੇ, ਮੈਂ ਰੱਸਾ ਦਾ ਲਟਕਾਵਾਂਗਾ, ਮੈਂ ਫਲਾਣਾ ਕਰਾਂਗਾ। ਪਰ ਉਹ ਪਿੱਛੇ ਜੇ ਇੱਕ ਮੁਕੱਦਮੇ ਦੇ ਸੰਬੰਧ ਦੇ ਵਿੱਚ ਜੇਲ੍ਹ 'ਚ ਚਲੇ ਗਿਆ ਜੀ। ਜਦੋਂ ਉਹਨੇ ਭਾਈ ਸਾਹਿਬ ਦੇ ਦਰਸ਼ਨ ਕੀਤੇ, ਮੱਥੇ ਲੱਗਿਆ, ਤਾਂ ਆਣ ਸਰ ਸਭ ਤੋਂ ਪਹਿਲਾਂ ਜਿਹੜਾ ਬਿਆਨ ਸੀ ਇਹ ਦਿੱਤਾ ਕਿ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਰਿਹਾ ਹੋਣਾ ਚਾਹੀਦਾ। ਕੀ ਬਾਤ ਹੈ ਜੀ, ਮੈਂ ਤੁਹਾਨੂੰ ਹੁਣੇ ਆਪਣੀ ਇੱਕ ਫੋਟੋ ਦਿਖਾਉਣਾ ਜੀ, ਹਾਲਾਤਾਂ ਦੇ ਹਿਸਾਬ ਨਾਲ ਮੈਂ ਕਲੀਨ ਸੇਫ ਹੋ ਗਿਆ ਜੀ। ਹਾਲਾਤ ਇਹੋ ਜਿਹੇ ਬਣ ਗਏ, ਸੰਗਤ ਇਹੀ ਜਿਹੀ ਬਣ ਗਈ, ਬਹੁਤ ਸਮਾਂ ਮੈਂ ਕਲੀਨ ਸੇਫ ਰਿਹਾ। ਸਨ 2010 ਦੇ ਵਿੱਚ ਜਦੋਂ ਮੈਂ ਅੰਦਰ ਗਿਆ, ਮੈਂ ਭਾਈ ਸਾਹਿਬ ਦੇ ਦਰਸ਼ਨ ਕੀਤੇ, ਤਾਂ ਮੈਨੂੰ ਲੱਗਦਾ ਕਿ ਉਦੋਂ ਵੱਡਾ ਸਤਭਾਵਨਾ ਵਾਲਾ ਬੰਦਾ ਹੀ ਨਹੀਂ ਹੋ ਸਕਦਾ ਜੀ। ਪਰ ਉਹਨਾਂ ਨੇ ਕਦੇ ਵੀ ਪਟੀਸ਼ਨ ਨਹੀਂ ਦਾਇਰ ਕੀਤੀ ਕੋ ਆਪਣੇ ਪਟੀਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਾਰੀਆਂ ਸਿੱਖਾਂ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਨੇ ਉਹਨਾਂ ਨੇ ਕਰੀ ਹੈ ਤੇ ਉਹਦੇ ਤੇ ਫੈਸਲਾ ਆਊਗਾ। ਐਸਜੀਪੀਸੀ ਦੇ ਪਟੀਸ਼ਨ ਤੇ ਥੋੜੀ ਕੋਈ ਕਾਰਵਾਈ ਹੋਣੀ ਹੈ। ਬਿਲਕੁਲ, ਜਿਹੜਾ ਬੰਦਾ ਕਹਿ ਰਿਹਾ ਵੀ ਮੈਂ ਕੰਸਟੀਟਿਊਸ਼ਨ ਨਹੀਂ ਮੰਨਦਾ, ਹੁਣ ਇਹਨਾਂ ਨੇ ਦੋ ਤਿੰਨ ਗੱਲਾਂ ਕਰਤੀਆਂ ਵੀ ਇਹ ਕਲੀਨ ਸੇਫ ਸੀਗਾ, ਇਹਨਾਂ ਨੇ ਦਰਸ਼ਨ ਕੀਤੇ, ਇਹਨਾਂ 'ਚ ਸੁਧਾਰ ਆ ਗਿਆ, ਇਹ ਸਿੱਖੀ ਸਵਰੂਪ 'ਚ ਵਾਪਸ ਆ ਗਏ। ਕੁੱਕੂ ਜੀ ਅੰਦਰ ਗਏ, ਅੰਦਰ ਜਾ ਕੇ ਉਹਨਾਂ ਨੂੰ ਦੇਖ ਕੇ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਤੇ ਵੀ ਅਗਰ ਐਸੀ ਕੋਈ ਗੱਲ ਹੈਗੀ ਤਾਂ ਇੱਕ ਪਾਸੇ ਤੁਸੀਂ ਇੱਕ ਵਾਰੀ ਕਹਿ ਰਹੇ ਕਿ ਅਸੀਂ ਮੌਤ ਤੋਂ ਡਰ ਨਹੀਂ ਰਹੇ, ਅਸੀਂ ਸੰਵਿਧਾਨ ਨੂੰ ਮੰਨ ਨਹੀਂ ਰਹੇ, ਦੂਸਰੇ ਪਾਸੇ ਤੁਸੀਂ ਭੁੱਖ ਹੜਤਾਲ ਰੱਖ ਰਹੇ ਹੋ, ਤੁਸੀਂ ਅਗਰ ਆਪਣੇ ਨਿਸ਼ਾਨੇ ਤੇ ਦ੍ਰਿੜ ਹੋ ਤਾਂ ਆਪਣੇ ਨਿਸ਼ਾਨੇ ਤੇ ਆਪਣੀ ਗੱਲ ਦੇ ਉੱਤੇ ਦ੍ਰਿੜ ਰਹੋ। ਤੁਹਾਡੀ ਆਪਣੀ ਗੱਲ ਨਹੀਂ, ਐਵੇਂ ਤੁਸੀਂ ਗੱਲਾਂ ਬਣਾ ਰਹੇ ਹੋ ਕਿ ਕੁੱਕੂ ਦੀ ਸਟੇਟਮੈਂਟ ਆਈ, ਦਿਖਾਓ ਮੈਨੂੰ ਕਿੱਥੇ ਕੁੱਕੂ ਦੀ ਸਟੇਟਮੈਂਟ ਆਈ ਜਿਹੜਾ ਰਿਹਾ। ਬਿਲਕੁਲ ਨਹੀਂ ਹੈ ਕੋਈ ਸਟੇਟਮੈਂਟ ਪ੍ਰਧਾਨ ਜੀ, ਇਸ ਗੱਲ ਤੇ ਦੇਖੋ ਅਜੀਤ ਅਖਬਾਰ ਦੀ ਉਹਦਾ ਆਪਣਾ ਪ੍ਰੈਸ। ਦੂਸਰੀ ਗੱਲ ਇਹ ਹੈ ਵੀ ਅਸ਼ਨੀ ਕੁੱਕੂ ਨੂੰ ਐਸਾ ਕੋਈ ਰਾਈਟ ਨਹੀਂ ਹੈ ਕਿ ਉਹ ਫਤਵਾ ਦੇ ਦੇਵੇ, ਫਤਵਾ ਜਿਹੜਾ ਦੇਣਾ ਹੈ ਉਹ ਸੰਵਿਧਾਨ ਨੇ ਦੇਣਾ। ਤੁਸੀਂ ਵੀ ਨਹੀਂ ਦੇ ਸਕਦੇ ਜੀ, ਮੈਂ ਕਦ ਕਹਿ ਰਿਹਾ ਫਤਵਾ ਤਾਂ ਕੋਈ ਵੀ ਨਹੀਂ ਦੇ ਸਕਦਾ, ਮੇਰੇ ਕੋਲ ਨਹੀਂ ਆਪਣੀ ਗੱਲ ਕੀਤੀ ਹੈ ਜਿਹੜੇ ਸੰਵਿਧਾਨ ਨੇ ਕਿਹਾ, ਔਰ ਉਸ ਦੀ ਵੀ ਜਿਹੜੀ ਸਟੇਟਮੈਂਟ ਹੈ ਅਸ਼ਨੀ ਕੁੱਕੂ ਦੀ, ਕਿੰਨਾ ਹਾਲਾਤਾਂ 'ਚ ਹੋਈ ਹੈ, ਕਿਹੋ ਜਿਹੇ ਹਾਲਾਤਾਂ 'ਚ ਹੋਈ ਹੈ, ਇਹ ਉਹ ਦੱਸੂਗਾ। ਬਿਲਕੁਲ ਠੀਕ ਹੈ ਨਾ, ਐਸੀ ਕੋਈ ਲਹਿਰ ਨਹੀਂ ਆ ਰਹੀ, ਔਰ ਜਿੱਥੇ ਤੱਕ ਕਿ ਪੰਜਾਬ ਦੇ ਹਾਲਾਤ ਨਹੀਂ ਖਰਾਬ ਹੋ ਸਕਦੇ, ਪੰਜਾਬ ਦਾ ਜਿਹੜਾ ਟੈਰਰਿਜ਼ਮ ਸੀਗਾ ਉਹ ਬਹੁਤ ਹੱਦ ਤੱਕ ਸਰਕਾਰ ਨੇ, ਕਾਨੂੰਨ ਨੇ ਉਸਨੂੰ ਕਾਬੂ ਕੀਤਾ। ਅੱਜ ਜਿਵੇਂ ਇਹਨਾਂ ਨੇ ਕਿਹਾ ਕਿ ਕਈ ਪੁਲਿਸ ਅਫਸਰ ਹੈ ਜਿਹੜੇ ਬੁੱਚੜਾਂ ਦੀ ਤਰ੍ਹਾਂ ਪੇਸ਼ ਆਏ, ਬਿਲਕੁਲ ਇਸ 'ਚ ਕੋਈ ਦੋ ਰਾਏ ਨਹੀਂ ਹੋ ਸਕਦੀ, ਮੇਰੀ ਵਿਚਾਰਧਾਰਾ ਇਹਨਾਂ ਤੋਂ ਅਲੱਗ ਹੋ ਸਕਦੀ ਹੈ, ਪਰ ਜਿਨ੍ਹਾਂ ਨੇ ਸੰਵਿਧਾਨ ਤੋਂ ਬਾਹਰ ਜਾ ਕਰਕੇ ਔਰ ਸੰਵਿਧਾਨ ਦੀਆਂ ਹੱਦਾਂ ਨੂੰ ਪਾਰ ਕਰਕੇ ਕੋਈ ਤਸ਼ੱਦਦ ਕੀਤਾ, ਉਹ ਨਿੰਦਣਯੋਗ ਕੰਮ ਹੈ। ਬਿਲਕੁਲ, ਲੇਕਿਨ ਪੁਲਿਸ ਦੇ ਵਿੱਚ ਕੁਛ ਨਾਮ ਇਹਨਾਂ ਨੇ ਐਸੇ ਵੀ ਗਿਣਾਏ
ਜਿਹੜੇ ਕਾਨੂੰਨ ਦੀ ਹੱਦਾਂ ਦੇ ਅੰਦਰ ਸੀਗੇ, ਪਰ ਇਸਦੇ ਨਾਲ ਦੋ ਪ੍ਰਸਥਿਤੀਆਂ ਸੀ, ਜਦੋਂ ਉਧਰੋਂ ਵੀ ਕਾਨੂੰਨ ਟੁੱਟ ਰਿਹਾ ਸੀਗਾ, ਜਦੋਂ ਉਧਰੋਂ ਵੀ ਅਸਾਲਟਾਂ ਦਾ ਜ਼ੋਰ ਚੱਲ ਰਿਹਾ ਸੀਗਾ, ਉਦੋਂ ਵੀ ਇਨੋਸੈਂਟ ਪੀਪਲ ਦੀ ਕਿਲਿੰਗ ਹੋ ਰਹੀ ਸੀਗੀ, ਔਰ ਤੁਸੀਂ ਜੱਜਾਂ ਦੀ ਹੱਤਿਆ ਕਰ ਰਹੇ ਸੀ, ਜੁਡੀਸ਼ਰੀ ਬੰਦਰ ਹੋ ਗਈ ਸੀ, ਉਦੋਂ ਸਾਰੀਆਂ ਗੱਲਾਂ ਅਸਾਲਟਾਂ ਚਕਾਈਆਂ ਕਿਨੇ ਜੀ, ਜਿਸ ਮੁੱਦੇ ਤੇ ਅੱਜ ਗੱਲ ਕਰ ਰਹੇ ਸਾਈਬਰ ਦਰਬਾਰ ਦਰਬਾਰ ਸਾਹਿਬ ਅੱਜ ਕੇ ਆ ਗਏ ਸੀ, ਉਸ ਮੁੱਦੇ ਤੇ ਸਰਕਾਰ ਸਾਹਿਬ ਦੇ ਅੰਦਰ ਬੰਬ ਬੰਦੂਕ ਪੁਲਿਸ ਦੇ ਅੱਜ ਜਿਹੜਾ ਮੁੱਦਾ ਅੱਜ ਜਿਹੜਾ ਮੁੱਦਾ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦਾ, ਭਾਈ ਬਲਵੰਤ ਸਿੰਘ ਜੀ ਰਾਜੋਆਣਾ 1987 ਦੇ ਵਿੱਚ ਪੰਜਾਬ ਪੁਲਿਸ 'ਚ ਭਰਤੀ ਹੁੰਦੇ ਆ, 1991 ਦੇ ਵਿੱਚ ਉਹਨਾਂ ਦੇ ਫਾਦਰ ਨੂੰ ਉਸ ਲਹਿਰ ਦੇ ਰਾਹੀਂ ਮਾਰਿਆ ਜਾਂਦਾ, ਔਰ ਸਰਕਾਰ ਦੀ ਔਫਰ ਆਉਂਦੀ ਆ ਕਿ ਤੁਸੀਂ ਤਰੱਕੀ ਦੇਣੀ ਆ ਅਸੀਂ ਤੁਹਾਨੂੰ, ਤੁਸੀਂ ਪ੍ਰਮੋਸ਼ਨ ਦੇਣੀ ਆ ਤੁਹਾਨੂੰ, ਉਹ ਸਾਹਮਣਾ ਕਰਦੀ ਹੈ, ਉਹ ਸੰਘਰਸ਼ ਦੇ ਵਿੱਚ ਆਉਂਦੇ ਆ ਉਸ ਟਾਈਮ 'ਤੇ। ਪ੍ਰਧਾਨ ਜੀ ਪਿੰਡਾਂ 'ਚ ਜਾ ਕੇ ਦੇਖੋ, ਬਹੁਤ ਸਾਰੇ ਇਹੋ ਜਿਹੇ ਪਿੰਡ ਨੇ ਜਿਹੜੇ ਪਿੰਡਾਂ ਦੇ ਵਿੱਚ 20 ਸਾਲ ਬਰਾਤਾਂ ਨਹੀਂ ਚੜੀਆਂ, ਇੱਕ ਪੀੜ੍ਹੀ ਖਤਮ ਕਰਤੀ। ਜੇ ਇਹੋ ਜਿਹੇ ਬੰਦੇ ਨੂੰ ਮੈਂ ਕਹਿੰਦਾ ਮਾਰ ਦਿੱਤਾ ਗਿਆ ਤਾਂ ਮਾੜਾ ਕੀ ਕਰਤਾ ਜੀ, ਫੈਸਲਾ ਨਹੀਂ ਕਰ ਸਕਦਾ, ਜੰਗਲ ਰਾਜ ਨਹੀਂ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਵੀ ਕੁਛ ਲੋਕਾਂ ਦੇ ਨਾਲ ਦਰਿੰਦਗੀ ਹੋਈ, ਗੋਲੀਆਂ ਨਾਲ ਉਡਾ ਰਹੇ, ਪਟਿਆਲੇ ਚ ਬਹਿ ਕੇ ਚੰਗੀਆਂ ਵੱਡੀਆਂ ਵੱਡੀਆਂ ਸਕਿਉਰਟੀਆਂ ਤੁਸੀਂ ਕਿਹੜਾ ਲੋਕਾਂ 'ਚ ਜਾ ਕੇ ਦੇਖਿਆ ਪ੍ਰਧਾਨ ਜੀ? ਕਿਉਂ ਨੀ ਤੁਸੀਂ ਗੱਲ ਹਿੰਦੂਆਂ ਦੀ ਕਰਦੇ ਹੋ? ਅਸੀਂ ਮੈਨੂੰ ਦੱਸੋ, ਨਹੀਂ ਨਹੀਂ ਇਹ ਤੁਹਾਡਾ ਆਪਣਾ ਸੋਚ ਹੈ ਕਿ ਅਸੀਂ ਲੋਕਾਂ 'ਚ ਨਹੀਂ ਗਏ, ਸਾਡੀ ਜਥੇਬੰਦੀ ਨਾਲ ਵੀ 100 ਬੰਦੇ ਲੋਕਾਂ 'ਚ 100 ਬੰਦੇ ਮਾਰੇ, ਜੇ ਲੋਕਾਂ 'ਚ ਗਏ ਹੋਣ ਤਾਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਬਿਲਕੁਲ ਤੁਸੀਂ ਰਿਹਾਈ ਦੀ ਜਾਂ ਉਹਨਾਂ ਦੀ ਫਾਂਸੀ ਤੇ, ਇਹ ਕੋਈ ਟੈਂਪਰਾਮੈਂਟ ਥੋੜੀ ਹੈਗਾ, ਇਹ ਕੋਈ ਲੋਕਾਂ ਦੀਆਂ ਭਾਵਨਾ ਕਿ ਅਸੀਂ ਰਾਜੋਆਣੇ ਦੇ ਹੱਕ 'ਚ ਬੋਲਾਂਗੇ ਤਾਂ ਹੀ ਅਸੀਂ ਲੋਕਾਂ 'ਚ ਜਾ ਸਕਦੇ। ਕਾਂਗਰਸ ਦਾ ਚੀਫ ਮਿਨਿਸਟਰ ਸੀ ਬੇਅੰਤ ਸਿੰਘ ਜੀ, 2012 ਦੇ ਵਿੱਚ ਜਦੋਂ ਇਹ ਫੈਸਲਾ ਫਾਂਸੀ ਦਾ ਦਿਨ ਸੀ ਜਿਹੜਾ ਉਹ ਮੁਕਰ ਕੀਤਾ ਗਿਆ, ਉਸ ਟਾਈਮ 'ਤੇ ਕੈਪਟਨ ਅਮਰਿੰਦਰ ਸਿੰਘ ਲੰਘੀਆਂ ਚੋਣਾਂ ਦੇ ਵਿੱਚ ਤਾਜ਼ੇ ਹੀ ਚੋਣ ਹਾਰੇ ਸੀ, ਇਹ ਉੱਧਰੋਂ ਮੁੱਖ ਮੰਤਰੀ ਦੇ ਦਾਅਵੇਦਾਰ ਸੀ ਜੀ, ਪਰ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ, ਅੱਜ ਕੱਢ ਕੇ ਦੇਖ ਲਓ ਜੀ, ਕਿ ਮੈਂ ਲੋਕਾਂ ਦੀਆਂ ਭਾਵਨਾ ਨੂੰ ਦੇਖਦਾ ਹੋਇਆ ਔਰ ਮੈਂ ਫਾਂਸੀ ਦੇ ਵਿਰੁੱਧ ਤਾਂ ਬਿਲਕੁਲ ਫਾਂਸੀ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਤੇ ਫਿਰ ਇਹ ਕਿਉਂ ਕਹਿ ਰਹੇ ਪਿੱਛੇ ਲੋਕਾਂ ਨੇ ਜਿੱਦ ਕਰ ਲਿਆ ਅਸੀਂ ਖਾਲਿਸਤਾਨ ਬਣਾਉਣਾ, ਸਾਰੀ ਦੇਸ਼ ਉਹਦੇ ਨਾਲ ਚੱਲ ਜਾਊ, ਸਾਰੀ ਕੰਟਰੀ ਉਹਦੇ ਨਾਲ ਚੱਲ ਜਾਊ, ਬਣਾਉਣਾ ਤਾਂ ਤੁਸੀਂ ਹੋ, ਨਹੀਂ ਅਸੀਂ ਪਾਸੇ ਤੁਸੀਂ ਕਹਿੰਦੇ ਪਿੰਡਾਂ 'ਚ ਬਰਾਤਾਂ ਨੀ ਚੜੀਆਂ, ਦੂਜੇ ਪਾਸੇ ਤੁਸੀਂ ਲੋਕਾਂ ਨੂੰ ਚਲਾਤਾ, ਮੈਂ ਦੂਜੇ ਲੋਕਾਂ ਨੂੰ ਬੰਬ ਬਣਾਤੇ, ਬਿਲਕੁਲ ਗਲਤ। ਮੈਂ ਉੱਥੇ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਕਿ ਖਾਲਿਸਤਾਨ ਬਣਾਉਣ ਵਾਲੇ ਭਾਈ ਬਲਵੰਤ ਸਿੰਘ ਰਾਜੇਆਣਾ ਨਹੀਂ ਹੈ, ਖਾਲਿਸਤਾਨ ਬਣਾਉਣ ਵਾਲੇ ਤੁਸੀਂ ਲੋਕ ਹੋ, ਅਸੀਂ ਮੰਗ ਕਰਦੇ, ਸਾਨੂੰ ਹਮੇਸ਼ਾ ਮੰਗ ਨਹੀਂ ਕਰਦੇ, ਅਸੀਂ ਮੰਗ ਕਰ ਰਹੇ ਹਾਂ ਇੱਕ ਟੇਢਾ ਟੀਕਾ ਤੁਹਾਡੇ ਵੱਲੋਂ ਸਾਡੀ ਨਾਰਾ ਕੱਢਣ ਦਾ ਵਾਰ-ਵਾਰ, ਨਹੀਂ ਨਹੀਂ ਇਹ ਤੁਸੀਂ ਇਲਜ਼ਾਮ ਲਗਾ ਰਹੇ ਹੋ, ਕੋਈ ਹਿੰਦੂ ਸਮਾਜ ਨੇ ਕਿਸੇ ਨੇ ਵੀ ਨਹੀਂ ਕਿਹਾ, ਔਰ ਜੇ ਤੁਸੀਂ ਇਸ 'ਤੇ ਗੰਭੀਰਤਾਪੂਰਵਕ ਗੱਲ ਕਰੋ, ਜੇ ਦਿੱਲੀ 'ਚ ਦੰਗੇ ਹੋਏ ਤਾਂ ਹਿੰਦੂ ਸਮਾਜ ਪੂਰੀ ਤਰ੍ਹਾਂ ਸਿੱਖ ਕੌਮ ਦੇ ਨਾਲ ਖੜਾ ਸੀ, ਹਿੰਦੂ ਸਮਾਜ ਖੜਿਆ ਕਿ ਨਹੀਂ, ਪਰ ਜਿਹੜੇ ਤੁਹਾਡੇ ਲੀਡਰ ਤੁਹਾਡੇ ਉਹਨਾਂ ਨੇ ਕਰੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ, ਜਦੋਂ ਅੱਤਵਾਦ ਦਾ ਬੋਲ ਵਾਲਾ ਸੀ ਦਰਬਾਰ ਸਾਹਿਬ ਦੀਆਂ ਸੀੜੀਆਂ ਨੀ ਚੜ ਸਕੇ, ਕਿਹੜਾ ਸ਼੍ਰੋਮਣੀ ਅਕਾਲੀ ਦਲ ਲਿਆਉਣ ਵਾਲਾ ਕੌਣ ਸੀ ਪ੍ਰਧਾਨ ਜੀ? ਅੱਤਵਾਦ ਤੁਸੀਂ ਲਿਆਉਣ ਵਾਲੇ ਸੀਗੇ, ਬਿਆਨ ਸਿੰਘ ਹੋਰੀ ਲਿਆਉਣ ਵਾਲੇ ਸੀ, ਜਿੱਦੇ ਦੀ 92 ਦੀ ਚੋਣ ਹੋਈ ਆ ਉਦੇ ਤਾਂ 29 ਬੰਦੇ ਮਾਰੀ ਜਾਂਦੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ, ਤੇ ਜਿੱਦੇ ਹੋਈ 93 ਦੀ ਇੱਕ ਵੀ ਕਾਂਗਰਸੀ ਨਹੀਂ ਮਾਰਿਆ ਗਿਆ, ਫਿਰ ਅੱਤਵਾਦ ਲਿਆਉਣ ਵਾਲਾ ਕੌਣ ਸੀਗਾ?
ਨਹੀਂ ਅੱਤਵਾਦ ਤਾਂ ਹੁਣ ਕਾਂਗਰਸ ਲੈ ਆਈ ਕਿ ਅਕਾਲੀ ਦਲ ਲੈ ਆਇਆ, ਦੋਨਾਂ ਦੀ ਮਿਲੀ ਜੁਲੀ ਸਰਕਾਰ ਹੈ, ਦੋਨਾਂ ਨੇ ਮਿਲ ਕੇ ਪੰਜਾਬ ਨੂੰ ਕੰਮ ਕਰਾਇਆ। ਸਿਰਸਾ ਨਾਲੇ ਉਹਦੇ ਤੇ ਰੋਟੀਆਂ ਸਿੱਕਿਆ ਕਰੋ, ਨਹੀਂ ਬਿਲਕੁਲ ਨਹੀਂ ਰੋਟੀ ਸਿੱਕ ਰਹੇ ਸੀ, ਅਸੀਂ ਸੱਚ ਦੀ ਗੱਲ ਕਰ ਰਹੇ। ਗੁਪਤਾ ਜੀ, ਢੂਤ ਸਾਹਿਬ ਨੇ ਇੱਕ ਗੱਲ ਬੜੀ ਪਾਏਦਾਰ ਕਹੀ ਹੈ ਕਿ ਜਦੋਂ ਦਾ ਬੇਅੰਤ ਸਿੰਘ ਤੇ ਅਟੈਕ ਹੈ ਉਸ ਤੋਂ ਬਾਅਦ ਇੱਕ ਵੀ ਮੁਕਾਬਲਾ ਨਹੀਂ ਹੋਇਆ। ਇਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਮੁਕਾਬਲੇ ਰੁਕ ਗਏ। ਦੇਖੋ ਗੱਲ ਇਹ ਹੈ ਵੀ ਹੁਣ ਮੈਂ ਪੁਲਿਸ ਦਾ ਪ੍ਰਵਕਤਾ ਨਹੀਂ ਹੈਗਾ ਜੀ ਕਿ ਮੈਂ ਦੱਸ ਸਕਾਂ ਕਿ ਉਸਦੀ ਹੱਤਿਆ ਤੋਂ ਬਾਅਦ ਮੁਕਾਬਲੇ ਹੋਏ ਕਿ ਨਹੀਂ ਹੋਏ। ਲੇਕਿਨ ਧੂਰ ਸਾਹਿਬ ਤੁਸੀਂ ਇਹ ਹੁਣ ਪੁਲਿਸ ਦੇ ਨਾਲ ਇਹਨਾਂ ਦੀ ਸਾਂਝ ਹੋ ਗਈ ਇਹ ਦੱਸ ਸਕਦੇ, ਮੈਨੂੰ ਕੀ ਪਤਾ ਹੈਗਾ। ਪੁਲਿਸ ਦੀ ਸਾਂਝ ਉਹਨਾਂ ਲੋਕਾਂ ਨਾਲ ਹੈ ਜਿਨ੍ਹਾਂ ਕੋਲ 10-10 ਗਨਮੈਨ ਸਕਿਉਰਟੀਦਾਰ ਨੇ, ਉਹਨਾਂ ਦੀ ਸਾਂਝ ਆ, ਸਾਡੀ ਸਾਂਝ ਨਹੀਂ ਹੈ ਜੀ। ਨਹੀਂ ਮੈਂ ਤਾਂ ਪੁਲਿਸ ਦੀ ਪੈਰਵੀ ਵੀ ਨਹੀਂ ਕਰ ਰਿਹਾ ਤੁਹਾਨੂੰ, ਜੇ 10-10 ਗਨਮੈਨ ਹੈ ਤਾਂ ਤੁਹਾਡੇ ਤੁਸੀਂ ਜਿਹੜੇ ਅਕਾਲੀ ਦਲ ਚ ਤੁਸੀਂ ਪਲੱਸ ਚ ਹੈ, ਤੁਹਾਡੇ ਲੀਡਰ ਜੈਡ ਪਲੱਸ ਚ ਹੈ, ਪੰਜਾਬ ਪੁਲਿਸ ਨਹੀਂ ਮੰਗਦਾ, CRPF ਮੰਗਦਾ। ਗਨਮੈਨ ਤੁਹਾਨੂੰ ਇਸ ਕਰਕੇ ਮਿਲੇ ਹੋਏ ਆ ਕਿ ਤੁਸੀਂ ਬਲਵੰਤ ਸਿੰਘ ਰਾਜਿਆਂ ਨੇ ਉਹਨਾਂ ਦਾ ਵਿਰੋਧ ਕਰ ਰਹੇ ਹੋ। ਨਹੀਂ 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 ਗਨਮੈਨ ਲੈਣ ਦੀ ਸਟੋਰੀ ਆ, ਸਿਰਫ ਆਪਣੀਆਂ ਦੁਕਾਨਾਂ ਚਲਾਉਣ ਦੀ ਸਟੋਰੀ ਆ, ਨਾ ਕਿ ਕਿਸੇ ਤਰ੍ਹਾਂ ਦੀ ਕੋਈ ਡਾਲਰ ਦੀ ਦੁਕਾਨ ਤੁਸੀਂ ਵੀ ਚਲਾ ਰਹੇ ਹੋ, ਤੁਸੀਂ ਡਾਲਰ ਦੀ ਦੁਕਾਨ ਤੁਸੀਂ ਵੀ ਚਲਾ ਰਹੇ ਹੋ, ਇਹਦਾ ਮਤਲਬ ਤੁਸੀਂ ਪ੍ਰੋੜਤਾ ਕਰ ਰਹੇ ਹੋ, ਦੁਕਾਨਦਾਰੀ ਚਲਾ ਰਹੇ ਹੋ, ਇਹਦਾ ਮਤਲਬ ਬਿਲਕੁਲ ਇਹ ਇਹਨਾਂ ਦੀ ਸਮਝ ਹੈ, ਇਹਨਾਂ ਦੀ ਸੋਚ ਹੈ। ਜਦੋਂ ਆਤੰਕਵਾਦ ਸੀਗਾ ਉਦੋਂ ਵੀ ਅਸੀਂ ਲੜ ਰਹੇ ਸੀਗੇ, ਸਾਡੇ 100 ਲੀਡਰ ਆਤੰਕਵਾਦੀਆਂ ਦੀ ਗੋਲੀਆਂ ਦੇ ਸ਼ਿਕਾਰ ਹੋਏ, ਪੀੜਤ ਤਾਂ ਸਾਰੇ ਹੀ ਹੈ, ਠੀਕ ਹੈ ਨਾ। ਦੇਖੋ ਪੀੜਤ ਦੀ ਗੱਲ ਜਿਹੜੀ ਆ, ਅਕਾਲੀ ਦਲ 'ਚ ਵੀ ਕੁਛ ਲੋਕ ਸੀਗੇ ਜਿਹੜੇ ਕਿ ਉਸ ਟਾਈਮ ਅੱਤਵਾਦ ਦੇ ਖਿਲਾਫ਼ ਬੋਲਦੇ ਸੀ, ਉਹ ਵੀ ਗੋਲੀਆਂ ਦੇ ਸ਼ਿਕਾਰ ਹੋਏ। ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਆਪਾਂ ਅੱਤਵਾਦ ਦੀ ਗੱਲ ਕਰਦੇ ਹਾਂ, ਵੱਖਵਾਦ ਦੀ ਗੱਲ ਕਰਦੇ ਹਾਂ, ਉਹ 'ਚ ਇਹ ਨਹੀਂ ਹੈ ਕਿ ਹਿੰਦੂਆਂ ਨੇ ਹੀ ਵਿਰੋਧ ਕੀਤਾ, ਕੁਛ ਸਿੱਖ ਭਾਈਚਾਰਾ ਵੀ ਸੀ, ਕੋਈ ਕਮਿਊਨਿਸਟ ਪਾਰਟੀਆਂ ਵੀ ਸੀ ਜਿਹੜੇ ਪੰਜਾਬ ਦੇ ਹਿੱਤ ਦੇ ਵਿੱਚ, ਦੇਸ਼ ਦੇ ਹਿੱਤ ਦੇ ਵਿੱਚ ਆਪਣੀ ਜਾਨ ਹਥੇਲੀ 'ਤੇ ਲੈ ਕੇ ਲੜ ਰਹੇ ਸੀਗੇ। ਜਿਵੇਂ ਇੱਕ ਗੱਲ ਇਹਨਾਂ ਦੀ ਮੈਨੂੰ ਅੱਛੀ ਲੱਗੀ ਕਿ ਜਿਹੜੇ ਕੋਈ ਲੋਕ ਜਿਨ੍ਹਾਂ ਦੇ ਉੱਤੇ ਸੰਵਿਧਾਨਿਕ ਜ਼ਿੰਮੇਵਾਰੀ ਸੀਗੀ, ਉਹ ਇਹ ਪਛਾਣ ਕਰਨ ਦੀ ਬਜਾਏ ਕਿ ਇਹ ਆਤੰਕਵਾਦੀ ਹੈ, ਇਹ ਵੱਖਵਾਦੀ ਆ, ਉਹਦੇ ਨਾਲ ਤਾਂ ਜਿਹੋ ਜਿਹਾ ਵਿਵਹਾਰ ਹੋਵੇ ਹੋਵੇ, ਆਮ ਜਿਹੜਾ ਇਨੋਸੈਂਟ ਨਾਲ ਕੀਤਾ ਗਿਆ, ਉਹ ਚਾਹੇ ਮੈਂ ਸ਼ਿਵ ਸੈਨਾ ਦਾ ਲੀਡਰ ਹਾਂ, ਮੈਂ ਉਹਦੇ ਨਿੰਦਣ ਦੇ ਹੱਕ ਦੇ ਵਿੱਚ ਹਾਂ, ਕਾਨੂੰਨ ਦੇ ਕਟਹਿਰੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਮਿਲੀ ਵੀ, ਲੇਕਿਨ ਜੇ ਹਰ ਇੱਕ ਬੰਦਾ ਬੰਦੂਕ ਚੱਕ ਲਏ ਤਾਂ ਫਿਰ 7 ਲੱਖ ਕਸ਼ਮੀਰੀ ਪੰਡਿਤ ਕਸ਼ਮੀਰ ਵੈਲੀ ਚੋਂ ਕੱਢੇ ਗਏ, ਉਹ ਸਾਰੇ ਹਥਿਆਰ ਚੱਕ ਲੈਂਦੇ ਤਾਂ ਅੱਜ ਦੇਸ਼ ਕਿੱਥੇ ਦਾ ਕਿੱਥੇ ਚਲਾ ਜਾਂਦਾ। ਅੱਜ ਵੀ ਪ੍ਰਧਾਨ ਜੀ, ਜਿੱਥੇ ਤੱਕ ਤੁਸੀਂ ਬੰਦੂਕਾਂ ਚੱਕਣ ਦੀ ਗੱਲ ਕਰੀਏ, ਅਸੀਂ ਬਿਲਕੁਲ ਹੱਕ 'ਚ ਨਹੀਂ ਹਾਂ, ਅਸੀਂ ਬਿਲਕੁਲ ਨਾ ਭਾਈ ਰਾਜੋਆਣਾ ਹੱਕ 'ਚ ਨੇ, ਨਾ ਉਹਨਾਂ ਨੇ ਕਦੇ ਕੋਈ ਇਹੋ ਜਿਹਾ ਬਿਆਨ ਦਿੱਤਾ, ਨਾ ਕੋਈ ਇੱਦਾਂ ਦੀ ਗੱਲ ਕੀਤੀ ਹੈ ਕਿ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ। ਭਾਈ ਬਲਵੰਤ ਸਿੰਘ ਜੀ ਰਾਜੋਆਣਾ ਹਮੇਸ਼ਾ, ਚਾਹੇ ਅੱਜ ਤੁਸੀਂ ਮੇਰੇ ਖਿਆਲ ਦੇ ਜੇ ਕਿਹੜਾ ਲਾਇਆ ਉਹਨਾਂ ਸੈਂਟਰ ਜਿਹੜੇ ਪਟਿਆਲੇ ਦਾ, ਤਾਂ ਸ਼ਾਇਦ ਤੁਸੀਂ ਵੀ ਆ ਕੇ ਇੱਥੇ ਗਵਾਹੀ ਉਹਨਾਂ ਦੀ ਕਰੋਗੇ ਕਿ ਉਹਨਾਂ ਨੂੰ ਰਿਹਾ ਕੀਤਾ। ਨਹੀਂ ਚਲੋ, ਇਹ ਤੁਹਾਡੀ ਸਮਝ ਹੈ, ਸੋਚ ਹੈ, ਸ਼ਖਸੀਅਤ ਆ, ਉਹ ਇੱਕ ਚੰਗੀ ਸ਼ਖਸੀਅਤ ਆ ਜੀ। ਮੈਂ ਕਹਿੰਦਾ ਜਿਹੜਾ ਉਹਨਾਂ ਨੇ ਕਾਰਾ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਹੋਏਗੀ ਜਾਂ ਉਹਨਾਂ ਦੀ ਸੋਚ ਬਦਲ ਗਈ, ਆਦਮੀ ਪਰਿਵਰਤਨ ਯੋਗ ਹੈ। ਲੇਕਿਨ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਕੋਰਟ ਨੇ ਕੋਈ ਫੈਸਲਾ ਕੀਤਾ, ਸੰਵਿਧਾਨਿਕ ਤੌਰ 'ਤੇ ਫੈਸਲਾ ਹੋਇਆ, ਜੇ ਤੁਸੀਂ ਮਰਸੀ ਪਟੀਸ਼ਨ ਲਾਈ ਹੈ SGPC ਉਹਦਾ ਸਵੀਕਾਰ ਕਰਦਾ, ਉਹ ਤਾਂ ਦੇਸ਼ ਦੇ ਕਾਨੂੰਨ ਨੇ ਕਰਨਾ। ਪਰ ਸਾਡੀ ਜਿਹੜੀ ਸੋਚ ਹੈ ਵੀ ਇਸ ਟਾਈਮ ਪੰਜਾਬ ਦਾ ਜਿਹੜਾ ਚਿਹਰਾ ਅੱਤਵਾਦ ਦਾ ਚਿਹਰਾ ਕੋਈ ਵੀ ਨਹੀਂ ਹੈ, ਅਗਰ ਇਸ ਤਰ੍ਹਾਂ ਦਾ ਕੋਈ ਫੈਸਲਾ ਹੋਏਗਾ ਤਾਂ ਉਹ ਪੰਜਾਬ ਦੇ ਹਾਲਾਤਾਂ ਲਈ ਸਾਜ਼ਗਾਰ ਨਹੀਂ ਹੋ। ਗੁਪਤਾ ਜੀ, ਜੇਕਰ ਭਾਈ ਬਲਵੰਤ ਸਿੰਘ ਰਾਜੋਆਣ ਦੀ ਪਟੀਸ਼ਨ ਜਿਹੜੀ ਹੈ ਅਸਪੈਕਟ ਹੁੰਦੀ ਹੈ, ਤੇ ਕੀ ਉਹ ਜਦੋਂ ਬਾਹਰ ਆਉਣਗੇ ਤਾਂ ਤੁਹਾਨੂੰ ਕੋਈ ਇਤਰਾਜ਼ ਹੈ? ਬਿਲਕੁਲ, ਸ਼ਿਵ ਸੈਨਾ ਹਿੰਦੁਸਤਾਨ ਨੇ ਸਾਰਵਜਨਿਕ ਸਟੈਂਡ ਲਿਆ ਹੈ ਕਿ ਪਟੀਸ਼ਨ ਅਸੈਪਟ ਨਹੀਂ ਹੋਣੀ ਚਾਹੀਦੀ, ਇਹ ਦੇਸ਼ ਦੇ ਇੰਟਰਸਟ 'ਚ ਨਹੀਂ ਹੈ, ਪੰਜਾਬ ਦੇ ਲਾਰਜ ਇੰਟਰਸਟ 'ਚ ਨਹੀਂ ਹੈ, ਕਿਉਂਕਿ ਇੱਕ ਤਾਂ ਉਹਨਾਂ ਨੇ ਸੰਵਿਧਾਨ ਮੰਨਿਆ ਹੀ ਨਹੀਂ ਜੀ, ਜਦੋਂ ਸੰਵਿਧਾਨ ਮੰਨਿਆ ਹੀ ਨਹੀਂ ਤਾਂ ਸੰਵਿਧਾਨ ਦਾ ਬੈਨੀਫਿਟ ਉਸ ਸਿਟੀਜ਼ਨ ਨੂੰ ਹੋਣਾ ਨਹੀਂ ਚਾਹੀਦਾ। ਨੰਬਰ 2, ਉਹਨਾਂ ਨੇ ਜਿਹੜਾ ਮਰਡਰ ਕੀਤਾ ਹੈਗਾ ਉਹ ਦੇਸ਼ ਦੇ ਚੁਣੇ ਹੋਏ ਮੁੱਖ ਮੰਤਰੀ ਦਾ ਮਰਡਰ ਕੀਤਾ ਹੈਗਾ। ਕਿਸੇ ਕੋਈ ਪੁਲਿਸ ਅਫਸਰ ਨਾਲ ਮਤਭੇਦ ਹੋ ਸਕਦੇ ਹੈ, ਐਸਟੈਬਲਿਸ਼ਮੈਂਟ ਦੇ ਕਿਸੇ ਵੀ ਸਟੇਜ 'ਤੇ ਆਪਾਂ ਕਿਸੇ ਅਫਸਰ ਨਾਲ ਡਿਫਰ ਕਰ ਸਕਦੇ ਹੈ, ਤਾਂ ਉਹਦਾ ਮਤਲਬ ਇਹ ਨਹੀਂ ਹੋਏਗਾ ਕਿ ਆਪਾਂ ਬੰਦੂਕ ਚੱਕ ਕੇ ਉਹਦਾ ਮਰਡਰ ਕਰ ਦਈਏ।
ਤੇ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਦਾ ਇਹ ਸਟੈਂਡ ਹੈ। ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਰਸੀ ਪਟੀਸ਼ਨ ਦੇ ਉੱਤੇ ਗੌਰ ਨਹੀਂ ਹੋਣਾ ਚਾਹੀਦਾ, ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਉਸ ਫੈਸਲੇ ਦੀ ਪਾਲਣਾ ਕੇਵਲ ਇਸ ਕੇਸ 'ਚ ਨਹੀਂ, ਸਪੈਸੀਫਿਕ ਇਸ ਕੇਸ 'ਚ ਨਹੀਂ, ਸਾਰੇ ਕੇਸਾਂ 'ਚ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਤਾਂ ਉਹ ਸਾਰੇ ਕੇਸਾਂ 'ਚ ਇਕੁਅਲ ਹੋਣਾ ਚਾਹੀਦਾ। ਇਹ ਜਿਹੜਾ ਹੁਣ ਡਰਾਮਾ ਚੱਲ ਰਿਹਾ ਸੀ ਨਿਰਭਿਆ ਕਾਂਡ ਦੇ ਅੰਦਰ, ਉਹ ਸ਼ਰਾਰਤੀ ਜਿਨ੍ਹਾਂ ਨੇ ਜ਼ਬਰ ਜਨਾਹ ਕੀਤਾ ਉਹ ਕਾਨੂੰਨੀ ਨੁਕਤਿਆਂ ਤੋਂ ਉਲਝਾ ਰਹੇ ਸੀਗੇ ਵੀ ਕਿਉਰੇਟਿਵ ਪਟੀਸ਼ਨ ਦਾਖਲ ਹੋਏਗੀ, ਫਿਰ ਤਾਂ ਸਾਡੇ ਜਿਹੜੇ ਵਿਦਵਾਨ ਵਕੀਲ ਹੈ ਕੋਰਟ ਨੇ ਵੀ ਓਬਜੈਕਸ਼ਨ ਕੀਤਾ ਵੀ ਇਹ ਸੜੇ ਹੋਏ ਜਿਹੜੇ ਨੀਤੀਆਂ ਬਣੀਆਂ ਹੋਈਆਂ ਇਹਨਾਂ ਨੂੰ ਅਬੋਲਿਸ਼ ਕਰੋ, ਔਰ ਜਦੋਂ ਸਜ਼ਾ ਡਿਸਾਈਡ ਹੋ ਜਾਏ ਡੈਥ ਵਾਰੰਟ ਜਾਰੀ ਹੋ ਜਾਏ ਤਾਂ ਉਸਨੂੰ ਕੋਈ ਵੀ ਉਲਝਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਅਸੀਂ ਰਾਜੋਆਣਾ ਜੀ ਦੇ ਮਾਮਲੇ 'ਚ ਨਹੀਂ, ਅਗਰ ਇਸ ਤਰ੍ਹਾਂ ਦੇ ਕਿਸੇ ਨੇ ਵੀ ਜੁਰਮ ਕੀਤਾ ਚਾਹੇ ਉਹ ਹਿੰਦੂ ਹੈ ਚਾਹੇ ਉਹ ਸਿੱਖ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਕਿਸੇ ਵੀ ਕੌਮ ਦਾ, ਕੌਮ ਦੇ ਨਾਮ ਦੇ ਉੱਤੇ ਬੈਨੀਫਿਟ ਨਹੀਂ, ਇਨਸਾਫ ਕੰਸਟੀਟਿਊਸ਼ਨ ਜੋ ਕਹਿ ਰਿਹਾ ਉਹ ਕਰੋ, ਕੌਮ ਦੇ ਨਾਮ 'ਤੇ ਬੈਨੀਫਿਟ ਨਹੀਂ ਲੈਣਾ ਚਾਹੀਦਾ। ਗੁਪਤਾ ਜੀ ਇਹ ਕਹਿ ਰਹੇ ਆ, ਦੇਖੋ ਜੀ ਜਿੱਥੇ ਤੱਕ ਇਹਨਾਂ ਨੇ ਗੱਲ ਹਿੰਦੂ ਸਿੱਖ ਮੁਸਲਿਮ ਇਸਾਈ ਦੀ ਕੀਤੀ ਹੈ, ਸਾਰੀ ਭਾਈ ਭਾਈ ਨੇ ਸਾਰੀ ਅਸੀਂ ਇਕੱਠੇ ਰਹਿੰਦੇ ਹਾਂ ਜੀ, ਜਿੱਥੋਂ ਤੱਕ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਦੀ ਫਾਂਸੀ ਦੀ ਗੱਲ ਆ, ਉਹ ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਇੱਕ ਮੁੱਦਾ, ਉਹ ਹੋਰਾਂ ਕੇਸਾਂ ਨਾਲ ਜਿਨ੍ਹਾਂ ਨੇ ਇੱਕ ਦੋ ਹੋਰ ਕੇਸ ਦੀ ਉਦਾਹਰਨ ਦਿੱਤੇ ਆਪਾਂ ਉਹਨਾਂ ਕੇਸਾਂ ਨਾਲ ਇਸ ਮੁੱਦੇ ਕੇਸ ਨੂੰ ਨਹੀਂ ਜੋੜ ਸਕਦੇ ਜੀ, ਇਹ ਪੂਰੇ ਪੰਜਾਬੀਆਂ ਦੀ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ। ਇਸ ਕਰਕੇ ਤੁਸੀਂ ਦੇਖੋ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ 2012 'ਚ ਕਿੰਨਾ ਜਾਓ ਜਲਾਲ, ਕਿੰਨੇ ਲੋਕ ਬੀਬੀ ਜੰਗੀਰ ਕੌਰ ਨੂੰ ਪਿੰਡ ਜਾ ਕੇ ਰਾਜੋਆਣਾ ਪਿੰਡ ਦੇ ਵਿੱਚ, ਅਤੇ ਕਿੰਨਾ ਲੋਕਾਂ ਨੇ ਜਿਹੜਾ ਸੀ ਇਸ ਗੱਲ 'ਤੇ ਉਹ ਕਰਿਆ ਸੀ। ਭਾਵਨਾ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਉਹ ਪਟੀਸ਼ਨ ਪਾਈ, ਅਤੇ ਭਾਵਨਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਾਰ ਵਾਰ ਉੱਥੇ ਗ੍ਰਹਿ ਮੰਤਰੀ ਜੀ ਕੋਲ ਜਾਂ PM ਸਾਹਿਬ ਕੋਲ ਗਿਆ ਜੀ, ਅਤੇ ਅਸੀਂ ਸਾਰਾ ਸਿੱਖ ਜਗਤ ਸਾਰੇ ਪੰਜਾਬੀ ਸਾਰੇ ਚਾਹੁੰਦੇ ਹਾਂ ਕਿ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਦੀ ਜਿਹੜੀ ਉਹ ਰਿਹਾਈ ਹੋਵੇ। ਸੋ ਕੋਈ ਏਦਾਂ ਦੀ ਗੱਲ ਨਹੀਂ ਹੈ, ਕੋਈ ਉਹਨਾਂ ਦੀ ਏਦਾਂ ਦੀ ਸੋਚ ਨਹੀਂ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਇਹਨਾਂ ਨੇ ਭਾਵਨਾਵਾਂ ਦੀ ਗੱਲ ਕੀਤੀ ਜੀ, ਇੱਕ ਵਾਰੀ ਭਾਵਨਾਵਾਂ ਐਸੀਆਂ ਸੀਗੀਆਂ ਕਿ ਮਾਨ ਸਾਹਿਬ ਬੇਮਿਸਾਲ ਵੋਟਾਂ ਨਾਲ ਜਿੱਤੇ, ਰਾਮ ਵਿਲਾਸ ਪਾਸਵਾਨ ਦਾ ਰਿਕਾਰਡ ਤੋੜਤਾ, ਬਾਅਦ ਚ SGPC ਮੈਂਬਰ ਵੀ ਨਹੀਂ ਬਣੇ, ਠੀਕ ਹੈ। ਔਰ ਭਾਵਨਾਵਾਂ ਦਾ ਐਸਾ ਸਵਾਲ ਹੈ ਕਿ ਬਲਵੰਤ ਸਿੰਘ ਰਾਜੋਆਣੇ ਦੇ ਮਾਮਲੇ 'ਚ ਕਹਿ ਰਹੇ ਜਵਾਰ ਪਾਟਾ ਆ ਗਿਆ, ਉਸ ਤੋਂ ਬਾਅਦ ਉਹਨਾਂ ਦੀ ਸਿਸਟਰ ਚੁਣਾਵ ਲੜੀ ਤੇ 10,000 ਵੋਟਾਂ ਤੇ ਗੱਡੀ ਰੁਕ ਗਈ। ਭਾਵਨਾਵਾਂ ਕਦੇ ਕਦੇ ਸੀਗੀਆਂ, ਉਹ ਭਾਵਨਾਵਾਂ ਦੇ ਤਹਿਤ ਹੀ ਪਟੀਸ਼ਨ ਇਹਨਾਂ ਨੇ ਪਾਈ, ਅੱਜ ਉਹ ਭਾਵਨਾਵਾਂ ਸਮਝ ਗਈਆਂ ਕਿ ਦੇਸ਼ ਦੇ ਇੰਟਰਸਟ 'ਚ ਪੰਜਾਬ ਦੇ ਇੰਟਰਸਟ 'ਚ ਕੀ ਹੈ, ਇਸ ਕਰਕੇ ਭਾਵਨਾਵਾਂ ਆਪਣੀ ਆਪਣੀ ਥਾਂ 'ਤੇ ਆ ਕੇ ਜਦੋਂ ਸਿਰ ਹੋ ਗਏ। ਭਾਈ ਬਲਵੰਤ ਸਿੰਘ ਰਾਜੇਆਣਾ ਦੀ ਗੱਲ ਆਉਂਦੀ ਹੈ ਨਾ ਜੀ, ਇਹ ਤੁਸੀਂ ਗੱਲ ਛੱਡ ਦਿਓ ਕਿ ਮਾਨ ਇੰਨੀਆਂ ਵੋਟਾਂ 'ਤੇ ਜਿੱਤਿਆ, ਮੁੜ ਕੇ ਸ਼੍ਰੋਮਣੀ ਕਮੇਟੀ ਮੈਂਬਰ ਲੇਕਿਨ ਉਹਨਾਂ ਦੀ ਆਪਣੀ ਸਿਸਟਮ ਮੁੱਦੇ ਨੇ ਜੀ। ਜਿੱਥੇ ਤੱਕ ਭਾਈ ਬਲਵੰਤ ਸਿੰਘ ਜੀ ਰਾਜੇਆਣਾ ਸਾਹਿਬ ਦੀ ਗੱਲ ਹੈ, ਫਾਂਸੀ ਦੀ ਗੱਲ ਆ, ਮੈਂ ਸਮਝਦਾ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਹੈ, ਤੁਸੀਂ ਆਮ ਪਬਲਿਕ ਆਮ ਲੋਕਾਂ ਦੇ ਵਿੱਚ ਜਾ ਕੇ ਦੇਖੋ, ਕਿਉਂਕਿ ਭਾਈ ਸਾਹਿਬ ਦੀ ਇੱਕ ਸ਼ਖਸੀਅਤ ਆ, ਉਹਨਾਂ ਨੇ ਕਦੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਦੇ, ਕਿਉਂਕਿ ਜੇਲ੍ਹ ਦੇ ਵਿੱਚ ਕੋਈ ਇੱਕ ਅੱਧਾ ਬੰਦਾ ਤਾਂ ਹੈ ਨਹੀਂ ਜੀ, ਹਰ ਸੰਗਰਾਂਦ ਵਾਲੇ ਦਿਨ ਉਹ ਗੁਰਦੁਆਰਾ ਸਾਹਿਬ ਜਾਂਦੇ ਆ, ਜੇਲ੍ਹ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਬਹੁਤ ਵੱਡਾ ਅੰਦਰ ਬਣਿਆ ਹੋਇਆ, ਉੱਥੇ ਜਾਂਦੇ ਆ, ਕੋਈ ਹਿੰਦੂ ਮੁਸਲਿਮ ਸਿੱਖ ਇਸਾਈ, ਇੱਥੋਂ ਤੱਕ ਕਿ ਜੇਲ੍ਹ ਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਜਿਹੜਾ ਸਾਰਾ ਜਾ ਕੇ ਭਾਈ ਸਾਹਿਬ ਦੀ ਰਿਸਪੈਕਟ ਕਰਦਾ। ਹਾਂ ਮੈਂ ਇੱਕ ਗੱਲ ਵਿੱਚ ਲਊਂਗਾ, ਇੱਥੇ ਇਹ ਸ਼ਿਵ ਸੈਨਾ ਵੱਲੋਂ ਬੈਠੇ ਹੈ, ਜਦੋਂ ਭਾਈ ਸਾਹਿਬ ਨੂੰ 2012 'ਚ ਫਾਂਸੀ ਲੱਗੀ ਸੀ ਨਾ ਜੀ, ਜਿਹੜਾ ਉਹਨਾਂ ਦੀ ਪਟੀਸ਼ਨ ਸੀ ਉਹ ਜਾਖੜ ਸਾਹਿਬ ਇੱਥੇ ਜੇਲ੍ਹ ਸੁਪਰਡੈਂਟ ਸੀ, ਉਹਨਾਂ ਨੇ ਜਾ ਕੇ ਆਪ ਐਪਲੀਕੇਸ਼ਨ ਹਾਈਕੋਰਟ ਦਿੱਤੀ ਸੀ ਵੀ ਅਸੀਂ ਬਿਲਕੁਲ ਫਾਂਸੀ ਨਹੀਂ। ਤੂੰ ਸੰਵਿਧਾਨਿਕ ਸੀਟ 'ਤੇ ਬੈਠਾ, ਜਾਖੜ ਹਿੰਦੂ ਨਹੀਂ ਹੈ, ਉਹ ਜੇਲਰ ਹੈ, ਜੇਲਰ ਦੀ ਡਿਊਟੀ ਜੇਲਰ ਦੀ ਡਿਊਟੀ ਹੈ ਕਿ ਹਰ ਕੈਦੀ ਦੀ ਪਟੀਸ਼ਨ ਨੂੰ ਸਰਕਾਰੀ ਚੈਨਲ 'ਤੇ ਪਹੁੰਚਾਏ।
ਜੇਲਰ ਹਿੰਦੂ ਨਹੀਂ ਹੋਇਆ, ਜੇਲਰ ਸਿੱਖ ਨਹੀਂ ਹੈ, ਜੇਲਰ ਗੱਲ ਹਿੰਦੂ ਸਿੱਖ ਦੀ ਨਹੀਂ ਹੈ, ਜਾਖੜ ਦੇ ਨਾਮ ਦਾ ਪ੍ਰਯੋਗ ਕਿਉਂ ਕੀਤਾ? ਜਾਖੜ ਦੇ ਨਾਮ ਦਾ ਪ੍ਰਯੋਗ ਕਿਉਂ ਕੀਤਾ? ਉਹ ਇਸ ਕਰਕੇ ਕੀਤਾ, ਤੁਸੀਂ ਕਹਿਣਾ ਸੀ ਜੇਲਰ ਨੇ, ਜੇਲਰ ਦੀ ਡਿਊਟੀ ਲੱਗੇ ਹੋਏ ਸੀ ਉਸ ਟਾਈਮ ਉੱਥੇ ਜੀ, ਜੇਲਰ ਹੈ ਇਹਦੇ 'ਚ ਕੀ ਹੈ? ਉਹ ਜੇਲਰ ਹੈ ਤਾਂ ਇਸ ਕਰਕੇ ਲਿਆ ਵੀ ਉਹ ਉਸ ਟਾਈਮ ਤੇ ਮੌਜੂਦਾ ਡਿਊਟੀ ਤੇ ਸੀ। ਮੈਂ ਕਹਿੰਦਾ ਜੀ ਉਹ ਡਿਊਟੀ ਸੀ, ਮਤਲਬ ਇਹ ਆ ਅੱਜ ਕਿੰਨੇ ਮੁਲਾਜ਼ਮ ਜਿਹੜੇ ਉੱਥੇ ਹੈਗੇ ਆ, ਠੀਕ ਆ ਤੁਹਾਡੇ ਚੈਨਲ ਤੇ ਆ ਕੇ ਕੋਈ ਨਾ ਦੱਸਣ, ਪਰ ਹਰ ਇੱਕ ਜਿਹੜਾ ਹੈਗਾ ਉੱਥੇ ਮੁਲਾਜ਼ਮ ਭਾਈ ਸਾਹਿਬ ਦੀ ਰਿਸਪੈਕਟ ਕਰਦਾ, ਕਿਉਂਕਿ ਇੱਕ ਐਸੀ ਸ਼ਖਸੀਅਤ ਆ। ਇਸ ਕਰਕੇ ਕੋਈ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਖਰਾਬ ਹੁੰਦਾ, ਕੁਛ ਨਹੀਂ ਹੁੰਦਾ ਜੀ, ਇਹ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੇ, ਇਹ ਜਲਦੀ ਤੋਂ ਜਲਦੀ ਜਿਹੜੀ ਭਾਈ ਸਾਹਿਬ ਦੀ ਉਹ ਰਿਹਾਈ ਹੋਣੀ ਚਾਹੀਦੀ। ਸੋ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਿਸ਼ਾਨਦੇਹੀ ਮੁੱਦੇ ਦੀ ਦੇ ਪ੍ਰੋਗਰਾਮ ਦੇ ਤਹਿਤ ਗੱਲਬਾਤ ਕੀਤੀ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ। ਲੇਕਿਨ ਉਹੀ ਗੱਲ ਹੈ ਕਿ ਮਤਲਬ ਰਿਹਾਈ ਹੋਏਗੀ ਨਹੀਂ ਹੋਏਗੀ, ਇਹ ਸਾਰਾ ਭਵਿੱਖ ਦੀ ਗੋਦ ਦੇ ਵਿੱਚ ਹੈ। ਲੇਕਿਨ ਅੰਤ ਵਿੱਚ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਕਿਸੇ ਦੇ ਬਾਹਰ ਆਉਣ ਦੇ ਨਾਲ ਮਾਹੌਲ ਕਿੱਦਾਂ ਦਾ ਹੁੰਦਾ, ਕਿਸ ਤਰ੍ਹਾਂ ਦਾ ਸਿਰਜਿਆ ਜਾਂਦਾ, ਇਹ ਸਾਰਾ ਹੀ ਕੁਛ ਭਵਿੱਖ ਦੀ ਗੋਦ ਦੇ ਵਿੱਚ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਮੇਰੇ ਨਾਲ ਪਵਨ ਕੁਮਾਰ ਗੁਪਤਾ ਜੀ ਇਸ ਸਫ਼ਰ ਵਿੱਚ ਸਨ, ਔਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਸੇਵਕ ਸਿੰਘ ਧੂੜ ਜੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਸਨ। ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ, ਫੀਡਬੈਕ ਜ਼ਰੂਰ ਦੇਣੀ, ਤੁਹਾਡਾ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਗੁਪਤਾ ਜੀ ਮੇਰੇ ਕੋਲ ਫੋਨ ਕਰਕੇ ਪੁੱਛ ਦਿੰਦੇ ਆ ਕਿ ਕੋਈ ਕਮੈਂਟ ਹੈ ਤਾਂ ਮੈਨੂੰ ਜ਼ਰੂਰ ਦੱਸੋ, ਜਦਕਿ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਉਸ ਕਮੈਂਟ 'ਤੇ ਕੰਮ ਕੀਤਾ ਜਾ ਸਕਦਾ ਹੈ। ਧੂੜ ਸਾਹਿਬ ਦੀ ਵੀ ਇਹੀ ਕੁਆਲਿਟੀ ਹੈ ਕਿ ਕੋਈ ਨਾ ਕੋਈ ਕਮੈਂਟ ਮੇਰੇ ਨਾਲ ਇਹ ਸ਼ੇਅਰ ਕਰਦੇ ਹੀ ਰਹਿੰਦੇ ਨੇ। ਬਹੁਤ ਚੰਗਾ ਲੱਗਾ ਸਰ। ਸੋ ਆਪਣੀਆਂ ਭਾਵਨਾਵਾਂ ਤੁਸੀਂ ਪੂਰੀ ਦੁਨੀਆ ਦੇ ਰੂਬਰੂ ਕੀਤੀਆਂ, ਹੁਣ ਇਹ ਤਾਂ ਸਾਰਾ ਹੀ ਕਾਨੂੰਨ ਦਾ ਦਾਅ ਪੇਚ ਹੈ ਕੀ ਹੋਏਗਾ ਕੀ ਨਹੀਂ ਹੋਏਗਾ। ਸੋ ਅੰਤ ਵਿੱਚ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ, ਮੈਨੂੰ ਅਤੇ ਸਾਡੇ ਬਹੁਤ ਹੀ ਰਿਸਪੈਕਟਡ ਗੈਸਟ ਸਭ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।